ਸੋ ਸਭ ਤੋਂ ਪਹਿਲਾਂ ਅੱਜ ਦੇ ਲੈਕਚਰ ਵਿੱਚ ਮੈਂ ਤੁਹਾਨੂੰ ਕੁਝ ਇਹੋ ਜਿਹੇ ਇੰਪੋਰਟੈਂਟ 300 ਤੋਂ ਜ਼ਿਆਦਾ MCQs ਕਰਵਾਉਂਗੇ, ਓਬਜੈਕਟਿਵ ਕੁਐਸਚਨ, ਜਿਹੜੇ ਤੁਹਾਨੂੰ ਸਿੱਧੇ ਸਿੱਧੇ ਪੇਪਰਸ ਦੇਖਣ ਨੂੰ ਮਿਲਣਗੇ। 100% ਇਹਨਾਂ 'ਚੋਂ ਹੀ ਕੁਐਸਚਨ ਆਉਣਗੇ, ਚਾਹੇ ਪੰਜਾਬੀ ਕੁਆਲੀਫਾਈ ਪੇਪਰ ਹੈ, ਚਾਹੇ ਪੰਜਾਬੀ ਲੈਂਗੁਏਜ ਦਾ ਸਿੰਪਲ ਕੋਈ ਪੇਪਰ ਹੈ, ਪੰਜਾਬੀ ਵਿਆਕਰਨ ਜਿੱਥੇ ਆਉਣੀ ਹੈ, ਪੰਜਾਬ GK ਆਉਣੀ ਹੈ। ਸੋ ਇਹਨਾਂ ਸ਼ਬਦਾਂ ਦੇ, ਇਹਨਾਂ ਕੁਐਸਚਨਾਂ ਦੇ ਵਿੱਚੋਂ ਹੀ ਤੁਹਾਨੂੰ ਉੱਥੇ ਕੁਐਸਚਨ ਦੇਖਣ ਨੂੰ ਮਿਲਣਗੇ। ਸੋ ਇਹ ਬਹੁਤ ਹੀ ਸਿਲੈਕਟਿਡ ਕੁਐਸਚਨ ਨੇ ਜਿਹੜੇ ਬਾਰ ਬਾਰ ਪੇਪਰਾਂ 'ਚ ਆਉਂਦੇ ਨੇ। ਸੋ ਸਭ ਤੋਂ ਪਹਿਲਾਂ ਹੁਣ ਆਪਾਂ ਸਟਾਰਟ ਕਰਦੇ ਹਾਂ ਫਸਟ ਕੁਐਸਚਨ ਤੋਂ। ਪੰਜਾਬੀ ਭਾਸ਼ਾ ਦੇ ਵਾਕ ਵਿੱਚ ਸਭ ਤੋਂ ਪਹਿਲਾਂ ਕੀ ਆਉਂਦਾ? ਸੋ ਸਭ ਤੋਂ ਪਹਿਲਾਂ ਆਉਂਦਾ ਕਰਤ। ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ? ਸੋ ਕਿਰਿਆ ਵਿਸ਼ੇਸ਼ਣ ਦੀਆਂ 8 ਕਿਸਮਾਂ ਨੇ। ਉੱਲੂ ਦਾ ਲਿੰਗ ਬਦਲ ਕੇ ਹੇਠ ਲਿਖਿਆਂ ਵਿੱਚੋਂ ਕਿਹੜਾ ਠੀਕ ਹੈ? ਸੋ ਉੱਲੂ ਦਾ ਹੈ ਬਤੋਰੀ। ਸੋ ਇਹ ਤੁਸੀਂ ਦੇਖ ਸਕਦੇ ਹੋ, ਆਮ ਤੁਹਾਨੂੰ ਕਿਤਾਬਾਂ ਵਿੱਚ, ਕਿਸੇ ਹੋਰ ਜਨਰਲ ਕੋਚਿੰਗ ਦੇ ਬੁੱਕਸ ਦੇ ਵਿੱਚ ਤੁਹਾਨੂੰ ਇਸ ਟਾਈਪ ਦੇ ਕੁਐਸਚਨ ਨਹੀਂ ਦੇਖਣ ਨੂੰ ਮਿਲਣੇ। ਮੈਂ ਬਾਰ ਬਾਰ ਰਿਪੀਟ ਕਰ ਰਹੀ ਹਾਂ ਕਿ ਇਹ ਲੈਕਚਰ ਬਿਲਕੁਲ ਤੁਹਾਨੂੰ ਯੂਟਿਊਬ 'ਤੇ ਫ੍ਰੀ ਮਿਲ ਰਹੇ ਨੇ। ਸੋ ਤੁਸੀਂ ਸਿਰਫ ਔਰ ਸਿਰਫ ਜੇ ਪੇਪਰ ਕਲੀਅਰ ਕਰਨਾ, ਇਹਨਾਂ ਨੂੰ ਦੇਖਣਾ। ਮਾਝੀ ਉਪ ਭਾਸ਼ਾ ਪੰਜਾਬ ਦੇ ਕਿਹੜੇ ਖੇਤਰ ਦੀ ਭਾਸ਼ਾ ਹੈ? ਸੋ ਉਹ ਹੈ ਮਾਝੇ ਦੀ। ਘਰ ਦਾ ਦੀਵਾ, ਸੋ ਇਸ ਮੁਹਾਵਰੇ ਦਾ ਅੱਖਰ ਹੈ ਘਰ ਦੀ ਰੌਣਕ। ਉਹ ਧਰਤੀ ਜਿਹਦੇ ਵਿੱਚ ਸ਼ੋਰਾ ਹੋਵੇ, ਸੋ ਉਹ ਹੁੰਦੀ ਹੈ ਕੱਲਰ। ਸੁਹਾਗ ਕੀ ਹੈ? ਸੋ ਸੁਹਾਗ ਇੱਕ ਲੋਕ ਗੀਤ ਹੈ। ਅਗਲਾ ਕੁਐਸਚਨ ਹੈ, ਪੰਜਾਬੀ ਭਾਸ਼ਾ ਲਈ ਕਿਹੜੀ ਲਿਪੀ ਵਧੇਰੇ ਢੁੱਕਵੀਂ ਹੈ? ਸੋ ਪੰਜਾਬੀ ਭਾਸ਼ਾ ਲਈ ਹੁੰਦੀ ਹੈ ਗੁਰਮੁਖੀ ਲਿਪੀ। ਨਾਮ ਦੀਆਂ ਕਿਸਮਾਂ ਕਿੰਨੀਆਂ ਨੇ? ਸੋ ਨਾਮ ਦੀਆਂ 5 ਕਿਸਮਾਂ ਨੇ। ਅੰਤਲਾ ਸ਼ਬਦ ਦਾ ਉਲਟ ਭਾਵੀ ਸ਼ਬਦ ਹੈ। ਸੋ ਅੰਤਲਾ ਲਾਸਟ, ਆਰੰਭਕ ਇਹਦਾ ਉਲਟ ਭਾਵੀ ਸ਼ਬਦ ਹੈ। ਆਰੰਭਕ ਦਾ ਮਤਲਬ ਹੁੰਦਾ ਸਟਾਰਟਿੰਗ ਵਾਲਾ। ਅਲੌਕਿਕ ਦਾ ਸਮਾਨਾਰਥਕ, ਸੋ ਇਹ ਬਾਰ ਬਾਰ ਪੇਪਰ 'ਚ ਆਉਂਦਾ, ਅਲੌਕਿਕ ਬਹੁਤ ਵਾਰੀ ਪੇਪਰ 'ਚ ਆਇਆ। ਸੋ ਅਲੌਕਿਕ ਹੁੰਦਾ ਯੂਨੀਕ, ਵਿਲੱਖਣ, ਵੱਖਰਾ, ਅਦਭੁਤ। ਆਪਸ਼ਨ 3 ਇਹਦਾ ਸਮਾਨਾਰਥੀ ਸ਼ਬਦ ਹੈ। ਖੇਡ ਦੀ ਸ਼ਬਦ ਹੇਠ ਲਿਖਿਆਂ ਵਿੱਚੋਂ ਕੀ ਹੈ? ਸੋ ਖੇਡ ਦੀ ਸ਼ਬਦ ਇੱਕ ਕਿਰਿਆ ਹੈ। ਅਗਲਾ ਕੁਐਸਚਨ, ਕਾਲ ਦੇ ਮੁੱਖ ਭੇਦ ਕਿੰਨੇ ਨੇ? ਸੋ ਕਾਲ ਦੇ ਮੁੱਖ ਭੇਦ ਹੁੰਦੇ ਨੇ 3, ਭੂਤ, ਭਵਿੱਖਤ, ਵਰਤਮਾਨ। ਅਧਿਆਪਕ ਸ਼ਬਦ ਦਾ ਸ਼ੁੱਧ ਰੂਪ, ਸੋ ਇਹਨਾਂ ਦੇ ਵਿੱਚੋਂ ਜਿਹੜਾ ਇਹ ਲਿਖਿਆ ਹੋਇਆ ਇਹ ਆਪਣੇ ਆਪ ਦੇ ਵਿੱਚ ਹੀ ਸ਼ੁੱਧ ਰੂਪ ਹੈ, ਸੋ ਆਪਸ਼ਨ 1 ਹੈ। ਸੋ ਕਈ ਵਾਰੀ ਕਨਫਿਊਜ਼ ਕਰਨ ਦੇ ਲਈ ਤੁਹਾਨੂੰ ਠੀਕ ਸ਼ਬਦ ਹੀ ਕੁਐਸਚਨ ਵਿੱਚ ਦੇ ਦਿੰਦੇ ਨੇ। ਮੁੰਡਾ ਗੀਤ ਗਾ ਰਿਹਾ ਹੈ ਵਾਕ ਵਿੱਚ ਨਾਮ ਚੁਣੋ, ਸੋ ਇਹਦੇ ਵਿੱਚ ਨਾਮ ਹੈ ਮੁੰਡਾ। ਅਸੀਂ ਕੱਲ੍ਹ ਦਿੱਲੀ ਜਾਵਾਂਗੇ, ਵਾਕ ਵਿੱਚ ਕਿਰਿਆ ਚੁਣੋ, ਸੋ ਇੱਥੇ ਕਿਰਿਆ ਹੈ ਜਾਵਾਂਗੇ। ਪੜਨਾਮ ਦੀਆਂ ਕਿਸਮਾਂ ਹੁੰਦੀਆਂ ਨੇ ਟੋਟਲ 6। ਸੁੰਗੜਨਾ ਸ਼ਬਦ ਦਾ ਉਲਟ ਭਾਵ ਹੀ ਹੁੰਦਾ, ਸੁੰਗੜਨਾ ਹੁੰਦਾ ਸ਼ਰਿੰਕ ਇੰਗਲਿਸ਼ ਦੇ ਵਿੱਚ, ਅਤੇ ਇਹਦਾ ਉਲਟਾ ਹੈ ਵਧਣਾ। ਭਗਵਾਨ ਸ਼ਬਦ ਦਾ ਸਮਾਨਾਰਥੀ ਸ਼ਬਦ ਦੱਸਣਾ, ਸੋ ਭਗਵਾਨ ਰੱਬ। ਅਗਲਾ ਕੁਐਸਚਨ ਹੈ, ਮਲਵਈ ਕਿਸ ਖੇਤਰ ਵਿੱਚ ਬੋਲੀ ਜਾਂਦੀ ਹੈ? ਸੋ ਮਲਵਈ ਬੋਲੀ ਜਾਂਦੀ ਹੈ ਮਾਲਵੇ ਦੇ ਵਿੱਚ। ਨੈਕਸਟ ਕੁਐਸਚਨ ਦੇਖਦੇ ਹਾਂ ਆਪਾਂ। ਸੋ 21 ਕੁਐਸਚਨ ਹੈ, ਜਿਹੜਾ ਬੱਚਾ ਸਭ ਤੋਂ ਪਹਿਲਾਂ ਜੰਮੇ, ਸੋ ਉਹਨੂੰ ਕਹਿੰਦੇ ਹਾਂ ਜੇਠਾ। ਉੱਲੂ ਬੋਲਣ ਦਾ ਅਰਥ ਹੈ ਉਜਾੜ ਹੋਣਾ, ਸਿਰੋਂ ਨੰਗਾ ਹੋਣਾ ਇੱਕ ਅਖਾਣ ਹੈ। ਪੰਜਾਬੀ ਭਾਸ਼ਾ ਵਿੱਚ ਲਿੰਗ ਦੀਆਂ ਕਿੰਨੀਆਂ ਕਿਸਮਾਂ ਨੇ? ਸੋ ਲਿੰਗ ਦੀਆਂ ਆਪਾਂ ਨੂੰ ਪਤਾ ਹੈ ਕਿ 2 ਹੀ ਕਿਸਮਾਂ ਹੁੰਦੀਆਂ ਨੇ। ਵਰਣਮਾਲਾ ਵਿੱਚ ਕਿੰਨੇ ਅੱਖਰ ਹੁੰਦੇ ਨੇ? ਸੋ ਵਰਣਮਾਲਾ ਵਿੱਚ ਹੁੰਦੇ ਨੇ 35, ਜਿਹਦੇ ਕਰਕੇ ਆਪਾਂ ਇਹਨੂੰ 35 ਅੱਖਰ ਵੀ ਕਹਿੰਦੇ ਹਾਂ। ਵਿਸ਼ੇਸ਼ਣ ਦੀਆਂ ਕੁੱਲ ਕਿਸਮਾਂ ਹੁੰਦੀਆਂ ਨੇ 5। ਪੜ੍ਹਾਈ ਸ਼ਬਦ ਦਾ ਸ਼ੁੱਧ ਰੂਪ, ਸੋ ਪੜ੍ਹਾਈ ਦੇ ਵਿੱਚ ਆਪਾਂ ਦਿਖ ਰਿਹਾ ਕਿ ਉਰੇ ਪੱਬਾ ਗਲਤ ਹੈ, ਸੋ ਇਹ ਹੋ ਗਿਆ ਸ਼ੁੱਧ ਰੂਪ। ਅਧਿਆਪਕ ਪੜ੍ਹਾ ਰਿਹਾ ਹੈ, ਇਹਦੇ 'ਚ ਨਾਮ ਕਿਹੜਾ ਹੈ?
ਸੋ ਇਹਦੇ ਵਿੱਚ ਨਾਮ ਹੈ ਅਧਿਆਪਕ। ਮਿਠਾਸ ਸ਼ਬਦ ਨਾਮ ਦੀ ਕਿਹੜੀ ਕਿਸਮ ਹੈ? ਸੋ ਮਿਠਾਸ ਤੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ? ਸੋ ਹੁਣ ਮਿਠਾਸ ਤੋਂ ਆਪਣੇ ਕੋਲ ਭਾਵ ਪ੍ਰਗਟ ਹੋ ਰਿਹਾ। ਚਕੋਰ ਸ਼ਬਦ ਦਾ ਇਸਤਰੀ ਲਿੰਗ, ਸੋ ਚਕੋਰ ਦਾ ਇਸਤਰੀ ਲਿੰਗ ਹੈ ਚਕੋਰੀ। ਖੱਡ ਸ਼ਬਦ ਦਾ ਬਹੁ ਵਚਨ ਖੱਡਾ। ਕਾਰਕ ਕਿੰਨੇ ਕਿਸਮ ਦੇ ਹੁੰਦੇ ਨੇ? ਸੋ ਕਾਰਕ ਹੁੰਦੇ ਨੇ ਟੋਟਲ 8 ਤਰੀਕੇ ਦੇ। ਅਗਲਾ ਹੈ ਪੁਰਖ ਵਾਚਕ ਪੜਨਾਮ ਦੀਆਂ ਕਿੰਨੀਆਂ ਕਿਸਮਾਂ ਨੇ? ਸੋ ਪੁਰਖ ਵਾਚਕ ਪੜਨਾਮ ਦੀਆਂ ਟੋਟਲ 3 ਕਿਸਮਾਂ ਨੇ। ਅੱਖਰਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ? ਇਹ ਬਹੁਤ ਵਾਰੀ ਪੇਪਰਾਂ 'ਚ ਆਉਂਦਾ। ਸੋ ਅੱਖਰਾਂ ਦੇ ਸਮੂਹ ਨੂੰ ਕਹਿੰਦੇ ਹਾਂ ਆਪਾਂ ਲਿਪੀ। ਸੋ ਅਗਲਾ ਕੁਐਸਚਨ ਹੈ ਉਹ ਥਾਂ ਜਿੱਥੇ ਚੌਂ ਪਾਸਿਆਂ ਵੱਲੋਂ ਰਸਤੇ ਨਿਕਲਦੇ ਹੋਣ, ਸੋ ਉਹਨੂੰ ਆਪਾਂ ਕਹਿੰਦੇ ਹਾਂ ਚੁਰਸਤਾ। ਪੁਆਧੀ ਕੀ ਹੈ? ਸੋ ਪੁਆਧੀ ਇੱਕ ਉਪਭਾਸ਼ਾ ਹੈ। ਪੰਜਾਬੀ ਭਾਸ਼ਾ ਦੀ ਜਨਮਦਾਤੀ ਕਿਹੜੀ ਹੈ? ਸੋ ਪੰਜਾਬੀ ਭਾਸ਼ਾ ਜਨਮਦਾਤੀ ਹੈ ਸੰਸਕ੍ਰਿਤ। ਇਹ ਵੀ ਬਾਰ ਬਾਰ ਪੇਪਰਾਂ 'ਚ ਆਉਂਦਾ ਹੈ। PPSC ਦੇ ਰੀਸੈਂਟਲੀ ਪੇਪਰ 'ਚ ਆਇਆ ਸੀ, PSSS ਵਿੱਚ ਆਇਆ ਸੀ। ਪੰਜਾਬ ਸ਼ਬਦ ਸੂਚਕ ਹੈ, ਸੋ ਪੰਜਾਬ ਸ਼ਬਦ ਸੂਚਕ ਹੈ 5 ਨਦੀਆਂ ਦਾ। ਉਸ ਤੋਂ ਬਾਅਦ ਅਗਲਾ ਕੁਐਸਚਨ ਹੈ ਸੋ ਉਰੇ 5 ਨਦੀਆਂ ਗਲਤ ਹੈ, 5 ਦਰਿਆਵਾਂ ਹੋਣਾ ਚਾਹੀਦਾ ਹੈ। ਸੋ ਆਂਸਰ ਕਿਹਦੇ ਵਿੱਚ 5 ਨਦੀਆਂ, ਪਰ ਇਹਦਾ ਆਂਸਰ ਹੋਊਗਾ 5 ਦਰਿਆਵਾਂ, ਕਿਉਂਕਿ ਆਪਾਂ ਪੰਜਾਬ ਨੂੰ 5 ਦਰਿਆਵਾਂ ਦੀ ਧਰਤੀ ਕਹਿੰਦੇ ਹਾਂ। ਭੰਡੀ ਹੋਣੀ ਦਾ ਅਰਥ ਕੀ ਹੈ? ਸੋ ਭੰਡੀ ਹੋਣੀ ਦਾ ਅਰਥ ਹੈ ਬਦਨਾਮੀ ਹੋਣੀ। ਲੱਟੂ ਹੋਣਾ, ਲੱਟੂ ਹੋਣਾ ਦਾ ਅਰਥ ਹੈ ਮੋਹਿਤ ਹੋਣਾ। ਸੁਹਾਗਣ ਦਾ ਉਲਟ ਭਾਵੀ ਸ਼ਬਦ ਕੀ ਹੈ? ਸੋ ਸੁਹਾਗਣ ਦਾ ਉਲਟ ਭਾਵੀ ਸ਼ਬਦ ਹੈ ਵਿਧਵਾ। ਤੁਹਾਡਾ ਸ਼ਬਦ ਕੀ ਹੈ? ਸੋ ਤੁਹਾਡਾ ਸ਼ਬਦ ਹੈ ਇੱਕ ਪੜਨਾਮ। ਅੱਖਾਂ ਅੱਗੇ ਸਰੋਂ ਫੁੱਲਣੀ ਬਹੁਤ ਕਾਮਨ ਮੁਹਾਵਰਾ ਹੈ, ਇਹਦਾ ਮਤਲਬ ਹੈ ਘਬਰਾ ਜਾਣਾ। ਰੱਬ ਸ਼ਬਦ ਦਾ ਸਮਾਨਾਰਥਕ ਪਰਮਾਤਮਾ। ਅਗਲਾ ਕੁਐਸਚਨ 45ਵਾਂ, ਆਕਾਸ਼ ਸ਼ਬਦ ਦਾ ਉਲਟ ਭਾਵੀ ਸ਼ਬਦ। ਸੋ ਆਕਾਸ਼ ਆਸਮਾਨ ਹੋ ਗਿਆ, ਉਲਟ ਕੀ ਹੋਊਗਾ ਇਹਦਾ? ਪਤਾਲ। ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ ਨੇ? ਸੋ ਕਿਰਿਆ ਵਿਸ਼ੇਸ਼ਣ ਦੀਆਂ ਹੁੰਦੀਆਂ ਨੇ 8 ਕਿਸਮਾਂ। ਸੋਹਣਾ ਮੁੰਡਾ ਗੀਤ ਗਾ ਰਿਹਾ, ਵਾਕ ਵਿੱਚ ਵਿਸ਼ੇਸ਼ਣ ਦੱਸੋ। ਸੋ ਇਹਦੇ ਵਿੱਚ ਵਿਸ਼ੇਸ਼ਣ ਹੈ ਸੋਹਣਾ। ਪੰਜਾਬ ਦੀ ਦਫ਼ਤਰੀ ਭਾਸ਼ਾ ਕਿਹੜੀ ਹੈ? ਸੋ ਇੰਪੋਰਟੈਂਟ ਕੁਐਸਚਨ ਹੈ ਪੰਜਾਬੀ। ਦੁਆਬੀ ਕਿਸ ਖੇਤਰ ਦੀ ਭਾਸ਼ਾ ਹੈ? ਸੋ ਦੁਆਬੀ ਹੈ ਦੁਆਬੇ ਦੀ। ਭਾਸ਼ਾ ਨੂੰ ਲਿਖਣ ਵਾਲੇ ਵਰਣ ਸਮੂਹ ਨੂੰ ਕੀ ਕਿਹਾ ਜਾਂਦਾ? ਸੋ ਉਹਨੂੰ ਆਪਾਂ ਕਹਿੰਦੇ ਹਾਂ ਲਿਪੀ। ਅਤੇ ਸ਼ਬਦ ਹੇਠ ਲਿਖਿਆਂ ਵਿੱਚੋਂ ਕੀ ਹੈ? ਸੋ ਵੈਰੀ ਵੈਰੀ ਇੰਪੋਰਟੈਂਟ ਅਤੇ ਇੱਕ ਯੋਜਕ ਹੈ, ਜਿਹੜੇ ਇੱਕੋ ਸਮੇਂ ਹੋਣ, ਸੋ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸਮਕਾਲੀ। ਪੰਜਾਬ ਦੀ ਸਰਕਾਰੀ ਭਾਸ਼ਾ ਕਿਹੜੀ ਹੈ? ਪੰਜਾਬੀ। ਇਹ ਕੁਐਸਚਨ ਰਿਪੀਟ ਹੋ ਰਿਹਾ। ਪੱਤਾ ਸ਼ਬਦ ਦਾ ਬਹੁ ਵਚਨ ਕੀ ਹੈ? ਸੋ ਪੱਤਾ ਸ਼ਬਦ ਦਾ ਬਹੁ ਵਚਨ ਹੈ ਪੱਤੇ। ਅਗਲਾ ਕੁਐਸਚਨ ਹੈ 55 ਕਾਲ ਕਿੰਨੇ ਪ੍ਰਕਾਰ ਦੇ ਨੇ? ਸੋ 3 ਪ੍ਰਕਾਰ ਦੇ। ਅਧਿਆਪਕ ਸ਼ਬਦ ਦਾ ਇਸਤਰੀ ਲਿੰਗ ਕੀ ਹੈ? ਅਧਿਆਪਕ ਦਾ ਇਸਤਰੀ ਲਿੰਗ ਹੈ ਅਧਿਆਪਕਾ। ਇੰਪੋਰਟੈਂਟ ਹੈ, ਵੀ ਪੇਪਰਾਂ 'ਚ ਆਉਂਦਾ। ਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਨੇ? ਸੋ ਨਾਮ ਹੁੰਦੇ ਨੇ ਟੋਟਲ 5 ਪ੍ਰਕਾਰ ਦੇ। ਉਸਤਾਦੀ ਕਰਨੀ ਬਾਰ ਬਾਰ ਪੇਪਰ 'ਚ ਆਉਂਦਾ ਹੈ, ਸੋ ਉਸਤਾਦੀ ਕਰਨੀ, ਚਲਾਕੀ ਕਰਨੀ। ਰੰਗ ਉੱਡ ਜਾਣਾ, ਘਬਰਾ ਜਾਣਾ। ਮੱਤ ਦਾ ਮਤਲਬ ਹੈ ਅਕਲ। ਔਖਾ ਦਾ ਉਲਟ ਭਾਵੀ ਸ਼ਬਦ ਹੁੰਦਾ ਸੌਖਾ। ਪੰਜਾਬੀ ਭਾਸ਼ਾ ਵਿੱਚ ਲਿਖਣ ਲਈ ਜਿਸ ਲਿਪੀ ਦਾ ਪ੍ਰਯੋਗ ਹੁੰਦਾ ਹੈ ਉਹਦੇ ਅੱਖਰਾਂ ਦੀ ਗਿਣਤੀ ਕਿੰਨੀ ਹੈ? ਸੋ ਉਹਦੇ ਅੱਖਰਾਂ ਦੀ ਗਿਣਤੀ ਹੈ 35। ਇਸਤਰੀ ਸ਼ਬਦ ਦਾ ਸਮਾਨਾਰਥਕ ਸ਼ਬਦ ਦੱਸਣਾ ਆਪਾਂ ਨੇ 30ਵੀਂ। ਜਾਂਦਾ ਸ਼ਬਦ ਹੈ, ਸੋ ਜਾਂਦਾ ਸ਼ਬਦ ਕੀ ਹੈ? ਇੱਕ ਕਿਰਿਆ ਹੈ। ਬੱਚਾ ਦੁੱਧ ਪੀਂਦਾ ਹੈ, ਵਾਕ ਵਾਕ ਵਿੱਚ ਬੱਚਾ ਕੀ ਹੈ? ਸੋ ਇੱਕ ਨਾਮ ਹੈ, ਨਾਮ।
ਉੱਦਮੀ ਸ਼ਬਦ ਦਾ ਵਿਰੋਧੀ, ਇਹ ਵੀ ਬਹੁਤ ਵਾਰੀ ਪੇਪਰ 'ਚ ਆਉਂਦਾ। ਸੋ ਉੱਦਮੀ ਸ਼ਬਦ ਦਾ ਵਿਰੋਧੀ ਹੈ ਆਲਸੀ। ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ? ਪੰਜ। ਦੀਵਾ ਗੁੱਲ ਕਰਨਾ, ਸੋ ਦੀਵਾ ਗੁੱਲ ਕਰਨ ਦਾ ਮਤਲਬ ਹੈ ਬਿਲਕੁਲ ਬਰਬਾਦ ਕਰ ਦੇਣਾ। ਸੋ ਉਸ ਤੋਂ ਅਗਲਾ ਕੁਐਸਚਨ ਹੈ ਆਪਣੇ ਕੋਲ, ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਸ਼ੁੱਧ ਹੈ? ਸੋ ਇਹਨਾਂ ਦੇ ਵਿੱਚੋਂ ਸੈਂਦਾ ਸ਼ੁੱਧ ਹੈ। ਤੁਸੀਂ, ਮੇਰਾ, ਸਾਡਾ ਸ਼ਬਦ ਹੇਠ ਲਿਖਿਆਂ ਵਿੱਚੋਂ ਕੀ ਨੇ? ਸੋ ਇਹ ਸਾਰੇ ਸ਼ਬਦ ਪੜਨਾਂਵ ਨੇ। ਨਾਂਵ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ? ਸੋ ਨਾਂਵ ਦੀਆਂ ਕੁੱਲ ਹੁੰਦੀਆਂ ਨੇ ਪੰਜ ਕਿਸਮਾਂ। ਮਧਾਣੀ ਸ਼ਬਦ ਨੂੰ ਸ਼ੁੱਧ ਕਰੋ। ਸੋ ਇੱਥੇ ਦੱਦਾ ਗਲਤ ਹੈ, ਜਿਹੜਾ ਮਧਾਣੀ ਹੈ ਇਹ ਧੱਦੇ ਨਾਲ ਆਊ, ਸੋ ਇਹ ਆਊਗਾ ਧੱਦੇ ਜਗ੍ਹਾ 'ਤੇ। 73rd ਕੁਐਸਚਨ ਹੈ, ਚੁਗਲ ਅਤੇ ਖੋਰ ਤੋਂ ਕਿਹੜਾ ਸਮਾਸੀ ਸ਼ਬਦ ਬਣੇਗਾ? ਸੋ ਚੁਗਲ ਅਤੇ ਖੋਰ ਤੋਂ ਬਣੇਗਾ ਚੁਗਲਖੋਰ। ਤਕਾਲਾ ਸ਼ਬਦ ਦਾ ਵਿਰੋਧੀ, ਵੈਰੀ ਵੈਰੀ ਇੰਪੋਰਟੈਂਟ, ਸਵੇਰ। ਨਿਰਮਲ ਸ਼ਬਦ ਦਾ ਸਮਾਨ ਅਰਥਕ ਚੁਣਨਾ, ਸੋ ਨਿਰਮਲ ਦਾ ਸਮਾਨ ਅਰਥਕ ਹੋ ਗਿਆ ਪਵਿੱਤਰ। ਸ਼ੁੱਧ ਸ਼ਬਦ ਜੋੜ ਵਾਲਾ ਸ਼ਬਦ ਚੁਣੋ, ਸੋ ਇਹਨਾਂ ਦੇ ਵਿੱਚੋਂ ਹੈ ਸਿਹਤ। ਕਿਰਿਆ ਚੁਣੋ, ਸੋ ਇਹਨਾਂ ਦੇ ਵਿੱਚੋਂ ਕਿਰਿਆ ਕੀ ਹੈ? ਹੱਸਦੇ, ਖੇਡਦੇ, ਨੱਚਦੇ। ਮਰਾਸੀ ਸ਼ਬਦ ਦਾ ਇਸਤਰੀ ਲਿੰਗ ਕੀ ਹੁੰਦਾ? ਸੋ ਉਹ ਹੁੰਦਾ ਮਰਾਸਨ। ਉਜੜੇ ਬਾਗਾਂ ਦੇ ਅਖਾਣ ਪੂਰੀ ਕਰੋ, ਸੋ ਇਹ ਹੋ ਗਿਆ ਉਜੜੇ ਬਾਗਾਂ ਦੇ ਗਾਲੜ ਪਟਵਾਰੀ, ਇਹ ਵੀ ਬਹੁਤ ਇੰਪੋਰਟੈਂਟ ਹੈ। ਸੋ ਇਹਨਾਂ ਦੇ ਵਿੱਚੋਂ ਕਿਹੜਾ ਮੁਹਾਵਰਾ ਸਹੀ ਹੈ? ਸੁੱਤੀਆਂ ਕਲਾ ਭਜਾਓ, ਸੁੱਤੀਆਂ ਕਲਾ ਸਵਾਉਣੀਆਂ, ਸੁੱਤੀਆਂ ਕਲਾ ਨਚਾਉਣੀਆਂ, ਸੁੱਤੀਆਂ ਕਲਾ ਜਗਾਉਣੀਆਂ। ਸੋ ਆਪਸ਼ਨ 4। ਮਾਝੀ ਕੀ ਹੈ? ਮਾਝੀ ਇੱਕ ਉਪਭਾਸ਼ਾ ਹੈ। ਵਾਕ ਵਿੱਚ ਨਾਮ ਦੀ ਥਾਂ 'ਤੇ ਵਰਤੇ ਜਾਣ ਵਾਲੇ ਸ਼ਬਦ ਨੂੰ ਆਪਾਂ ਕਹਿੰਦੇ ਹਾਂ ਪੜਨਾਂਵ। ਸ਼ੁੱਧ ਸ਼ਬਦ ਜੋੜ, ਸੋ ਇਹਨਾਂ ਦੇ ਵਿੱਚੋਂ ਸ਼ੁੱਧ ਸ਼ਬਦ ਜੋੜ ਹੋ ਗਿਆ ਔਗਣ। ਅਭਾਸ ਨੂੰ ਸ਼ੁੱਧ ਕਰਕੇ ਲਿਖੋ, ਸੋ ਉਰੇ ਭੱਬੇ ਦੇ ਨਾਲ ਸਿਹਾਰੀ ਆਊਗੀ। ਸੋ 84ਵੇਂ ਦਾ ਸਹੀ ਹੋ ਗਿਆ 1। ਵਾਲ ਵਾਲ ਬਚਣਾ, ਮੁਹਾਵਰੇ ਦਾ ਸਹੀ ਅਰਥ ਚੁਣੋ। ਸੋ ਵਾਲ ਵਾਲ ਬਚਣਾ ਹੁੰਦਾ ਮੌਤ ਦੇ ਮੂੰਹੋਂ ਬਚਣਾ। ਅਗਲਾ ਆ ਗਿਆ ਸ਼ੁੱਧ ਮੁਹਾਵਰਾ, 86। ਅੱਖਾਂ ਮੀਟਣੀਆਂ, ਸੋ ਇਹ ਹੋ ਗਿਆ ਸ਼ੁੱਧ ਮੁਹਾਵਰਾ। ਗੁਜ਼ਾਰਾ ਕਰਨ ਲਈ ਕਿਸੇ ਤੋਂ ਪੈਸੇ ਮੰਗੇ ਜਾਣ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ? ਸੋ ਇਹਦੇ ਲਈ ਆਪਾਂ ਕਹਿੰਦੇ ਹਾਂ ਹੱਥ ਅੱਡਣੇ। ਉਹ ਘਰ ਗਿਆ ਅਤੇ ਉਹਨੇ ਰੋਟੀ ਖਾਧੀ, ਕਿਸ ਕਿਸਮ ਦਾ ਵਾਕ ਹੈ? ਸੋ ਇਹ ਹੈ ਇੱਕ ਸੰਯੁਕਤ ਵਾਕ। ਸ਼ੁੱਧ ਸ਼ਬਦ ਜੋੜ ਚੁਣੋ, ਸੋ ਇੱਥੇ ਦੁਪਹਿਰ ਹੈ ਆਪਸ਼ਨ 3। ਨਵੀਨ ਸ਼ਬਦ ਦਾ ਵਿਰੋਧੀ ਹੁੰਦਾ ਪੁਰਾਤਨ। ਨਵੀਨ ਦਾ ਮਤਲਬ ਹੁੰਦਾ ਨਵਾਂ, ਪੁਰਾਤਨ ਦਾ ਮਤਲਬ ਪੁਰਾਣਾ, ਓਲਡ। ਕਿਹੜਾ ਸ਼ਬਦ ਮੁਸ਼ਕਲ ਦਾ ਸਮਾਨਾਰਥੀ ਸ਼ਬਦ ਨਹੀਂ ਹੈ? ਸੋ ਇਹ ਧਿਆਨ ਨਾਲ ਕੁਐਸਚਨ ਪੜ੍ਹਨਾ, ਮੁਸ਼ਕਲ ਦਾ ਸਮਾਨਾਰਥੀ ਨਹੀਂ ਹੈ, ਉਹ ਹੈ ਸੌਖ। ਕਠਿਨਾਈ, ਬਿਪਤਾ, ਔਖ, ਇਹ ਸਾਰੇ ਦੇ ਸਾਰੇ ਸਮਾਨਾਰਥੀ ਹੈ। ਭੇਡਾਂ ਦੀ ਚਾਲ ਤੋਂ ਕਿਹੜਾ ਸਮਾਸੀ ਸ਼ਬਦ ਬਣਦਾ ਹੈ? ਸੋ ਭੇਡਾਂ ਦੀ ਚਾਲ ਤੋਂ ਬਣਦਾ ਹੈ ਭੇਡ ਚਾਲ। ਅਗਲਾ ਕੁਐਸਚਨ ਹੈ ਗੁਣਵਾਚਕ ਵਿਸ਼ੇਸ਼ਣ ਚੁਣੋ। ਸੋ ਗੁਣਵਾਚਕ ਵਿਸ਼ੇਸ਼ਣ ਇਹਨਾਂ 'ਚੋਂ ਸੁੰਦਰ, ਕਰ, ਖਾ, ਸੁਣ, ਲਿਖ ਕੀ ਨੇ? ਸੋ ਇਹ ਸਾਰੇ ਦੇ ਸਾਰੇ ਕੀ ਨੇ? ਧਾਤੂ ਸ਼ਬਦ ਨੇ। ਹੇਠ ਲਿਖਿਆਂ ਵਿੱਚੋਂ ਸ਼ੁੱਧ ਸ਼ਬਦ ਚੁਣੋ, ਸੋ ਇਹ ਹੈ ਮੁੰਡੇ ਦੌੜਦੇ ਹਨ। ਗੇਂਦ ਸ਼ਬਦ ਨੂੰ ਸ਼ੁੱਧ ਰੂਪ ਵਿੱਚ ਸ਼ੁੱਧ ਰੂਪ ਦੇਣ ਕਿਹੜੇ ਲਗਾਖਰ ਦੀ ਵਰਤੋਂ ਕੀਤੀ ਜਾਵੇਗੀ? ਸੋ ਇਹ ਗੇਂਦ ਦੇ ਵਿੱਚ ਬਿੰਦੀ ਨਹੀਂ ਲਗਾਈ ਹੋਈ, ਸੋ ਆਪਾਂ ਇੱਥੇ ਬਿੰਦੀ ਲਾ ਕੇ ਇਹਦਾ ਸ਼ੁੱਧ ਰੂਪ ਬਣਾ ਦਾਂਗੇ। ਕਿਹੜਾ ਸ਼ਬਦ ਸਮਾਸੀ ਨਹੀਂ ਹੈ? ਸੋ ਇਹਨਾਂ ਦੇ ਵਿੱਚੋਂ ਗਰਮ ਪਾਣੀ ਸਮਾਸੀ ਨਹੀਂ ਹੈ, ਗਰਮ ਸਰਦ, ਗਰਮ ਗਰਮ, ਗਰਮ ਠੰਡਾ, ਇਹ ਸਾਰੇ ਸਮਾਸੀ ਨੇ ਜਿਹੜੇ ਆਪਾਂ ਇਕੱਠੇ ਇਕੱਠੇ ਬੋਲਦੇ ਹਾਂ।
ਆਪੇ ਫਾਬੜੀਏ ਤੈਨੂੰ ਡੈਸ਼ ਅਖਾਣ ਪੂਰਾ ਕਰੋ। ਸੋ ਇਹਦਾ ਪੂਰਾ ਕਰਾਂਗੇ ਆਪਾਂ ਕੌਣ ਛੁਡਾਵੇ। ਦੁਆਬੀ ਕਿਸ ਜ਼ਿਲ੍ਹੇ ਦੀ ਭਾਸ਼ਾ ਹੈ? ਸੋ ਦੁਆਬੀ ਹੈ ਜਲੰਧਰ ਦੀ। ਸੰਬੰਧਕ ਚੁਣੋ। ਸੋ ਇਹਨਾਂ ਦੇ ਵਿੱਚ ਸੰਬੰਧਕ ਹੈ ਦਾ ਦੇ। ਅਗਲਾ ਕੁਐਸਚਨ ਹੈ ਦੁਸ਼ਮਣ ਵੈਰੀ ਸ਼ਤਰੂ ਸ਼ਬਦਾਂ ਦਾ ਹੋਰ ਕਿਹੜਾ ਸਮਾਨਾਰਥੀ ਹੋ ਸਕਦਾ ਹੈ? ਸੋ ਇਹਨਾਂ ਦਾ ਸਮਾਨਾਰਥੀ ਹੋ ਸਕਦਾ ਹੈ ਵਿਰੋਧੀ। ਲੱਤ ਉਡਾਉਣੀ, ਲੱਤ ਉਡਾਉਣੀ ਆਪਾਂ ਕਹਿੰਦੇ ਹਾਂ ਵੀ ਖਾਮਖਾ ਕਿਸੇ ਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਕਰ ਰਹੇ ਹੋ। ਉਸ ਤੋਂ ਬਾਅਦ ਹੈ ਪੁਆਧੀ ਕੀ ਹੈ? ਸੋ ਪੁਆਧੀ ਇੱਕ ਉਪਭਾਸ਼ਾ ਹੈ। ਜਿਹੜਾ ਸ਼ਬਦ ਜ਼ੁਲਮ ਸ਼ਬਦ ਦਾ ਸਮਾਨਾਰਥੀ ਹੈ? ਸੋ ਇੱਥੇ ਸਮਾਨਾਰਥੀ ਹੋ ਗਿਆ ਅੱਤਿਆਚਾਰ। ਪੱਗ ਲਾਉਣੀ, ਬੇਇੱਜ਼ਤੀ ਕਰਨੀ। ਨੈਕਸਟ ਹੈ ਸ਼ੁੱਧ ਸ਼ਬਦ ਚੁਣੋ। ਸੋ ਇਹਨਾਂ ਦੇ ਵਿੱਚੋਂ ਸ਼ੁੱਧ ਸ਼ਬਦ ਹੋ ਗਿਆ ਮੁੰਡ। ਸੋ 106। ਅਗਲਾ ਕੁਐਸਚਨ ਹੈ ਸੋ ਇੱਥੇ ਮੁੱਢ, ਮੁੱਢ ਸੋ ਇੱਥੇ ਸਹੀ ਆਉਣਾ ਚਾਹੀਦਾ ਆਪਸ਼ਨ 2। ਸੋ ਇਹ ਵੀ ਆਂਸਰ ਕਿਹਦੇ ਵਿੱਚ ਗਲਤ ਹੈ? ਮੁੱਢਲਾ ਜਿਵੇਂ ਆਪਾਂ ਕਹਿ ਦਿੰਦੇ ਹਾਂ ਮੁੱਢ, ਸੋ ਇਹ ਸਹੀ ਹੈ। ਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ? ਸੋ ਅਗਲਾ ਕੁਐਸਚਨ ਹੈ ਨਾਮ ਦੀਆਂ ਕਿਸਮਾਂ ਬਾਰੇ 5। ਕਰ, ਖਾ, ਸੁਣ ਕੀ ਨੇ? ਸੋ ਇਹ ਕੀ ਨੇ? ਧਾਤੂ। ਮਾਝੀ ਕੀ ਹੈ? ਉਪਭਾਸ਼ਾ। ਅਭਿਆਸ ਲਈ ਆਪਾਂ ਕਿਵੇਂ ਉਹਨੂੰ ਠੀਕ ਕਰਾਂਗੇ? ਲੱਤ ਉਡਾਉਣੀ, ਖਾਮਖਾ ਦਖਲ ਦੇਣਾ, ਸ਼ੁੱਧ ਮੁਹਾਵਰਾ। ਇੱਲ ਦਾ ਨਾਂ ਕੋਕੋ ਨਾ ਆਉਣਾ। ਸੋ ਆਪਸ਼ਨ 3, ਜੋ ਆਪਾਂ ਕਹਿੰਦੇ ਵੀ ਤਿੰਦਾ ਇੱਲ ਦਾ ਕੁੱਕੜ ਨਹੀਂ ਆਉਂਦਾ। ਸੋ ਉਵੇਂ ਕਹਿ ਦਿੰਦੇ ਆਪਾਂ ਇੱਲ ਦਾ ਕੋਕੋ ਨਾ ਆਉਣੀ, ਮਤਲਬ ਜਦੋਂ ਆਪਾਂ ਕਿਸੇ ਨੂੰ ਕੋਈ ਗੱਲ ਸਮਝ ਨਾ ਆ ਰਹੀ ਹੋਵੇ, ਕੋਈ ਪੜ੍ਹਾਈ ਵਿੱਚ ਨਾ ਸਹੀ ਹੋਵੇ, ਤਾਂ ਆਪਾਂ ਉਹਦੇ ਲਈ ਇਹ ਮੁਹਾਵਰਾ ਵਰਤਦੇ ਹਾਂ। ਅਗਲਾ ਕੁਐਸਚਨ ਹੈ ਗੁਰਮੁਖੀ ਕੀ ਹੈ? ਸੋ ਇੱਕ ਲਿਪੀ ਹੈ। ਠੀਕ ਸਮਾਸੀ ਸ਼ਬਦ ਚੁਣੋ। ਬੁੱਢ ਸੁਹਾਗਣ, ਵੈਰੀ ਇੰਪੋਰਟੈਂਟ ਫੋਰ ਐਗਜ਼ਾਮ। ਸ਼ੁੱਧ ਸ਼ਬਦ ਜੋੜ ਵਾਲਾ ਸ਼ਬਦ ਚੁਣੋ। ਸੋ ਇਹਨਾਂ ਦੇ ਵਿੱਚੋਂ ਉਹ ਹੈ ਔਗੁਣ। ਮਧਾਣੀ, ਧੱਦੇ ਨਾਲ, ਆਪਸ਼ਨ 3। ਕਿਹੜਾ ਸ਼ਬਦ ਮੁਸ਼ਕਲ ਦਾ ਸਮਾਨਾਰਥੀ ਨਹੀਂ ਹੈ? ਸੌਖ। ਸੋ ਇਹ ਪਹਿਲਾਂ ਹੁਣ ਰਿਪੀਟ ਹੋ ਰਿਹਾ ਥੋੜ੍ਹੇ ਕੁਐਸਚਨ। ਸ਼ੁੱਧ ਵਾਕ ਚੁਣੋ। ਸੋ ਇਹਨਾਂ ਦੇ ਵਿੱਚੋਂ ਸ਼ੁੱਧ ਵਾਕ ਹੈ ਉਸਨੇ ਇੱਕ ਪੈੱਨ ਅਤੇ ਦੋ ਕਿਤਾਬਾਂ ਖਰੀਦੀਆਂ। ਅਗਲਾ ਹੈ ਅਭਿਆਸ ਨੂੰ ਸ਼ੁੱਧ ਕਰਕੇ ਕਿਵੇਂ ਲਿਖਾਂਗੇ? ਇਹਨਾਂ ਦੇ ਵਿੱਚੋਂ ਸ਼ੁੱਧ ਸ਼ਬਦ ਜੋੜ ਕਿਹੜਾ ਹੈ? ਸਾਂਝ, ਚੌਥਾ। ਤੱਤੀ ਵਾਹ ਨਾ ਲੱਗਣਾ। ਸੋ ਇਹ ਕੁਛ ਨੰਬਰਸ ਦੀ ਪ੍ਰੋਬਲਮ ਹੈ ਇਸ PDF ਦੇ ਵਿੱਚ। ਸੋ ਅਗਲਾ ਕੁਐਸਚਨ ਹੈ ਤੱਤੀ ਵਾਹ ਨਾ ਲੱਗਣਾ, ਇਹਦਾ ਅਰਥ ਹੈ ਕੋਈ ਤਕਲੀਫ ਨਾ ਹੋਣੀ। ਊਠ ਤੋਂ ਛਾਨਣੀ ਲਾਇਆ, ਡੈਸ਼ ਅਖਾਣ ਪੂਰੀ ਕਰੋ। ਸੋ ਊਠ ਤੋਂ ਛਾਨਣੀ ਲਾਇਆ, ਭਾਰ ਹੌਲਾ ਨਹੀਂ ਹੁੰਦਾ। ਅਗਲਾ ਹੈ ਸਮਾਸੀ ਸ਼ਬਦ ਚੁਣੋ। ਇਹਨਾਂ ਦੇ ਵਿੱਚੋਂ ਹੈ ਬੁੱਢ ਸੁਹਾਗਣ। ਸਬਰ ਦਾ ਸਮਾਨਾਰਥੀ ਨਹੀਂ ਹੈ, ਸੋ ਉਹ ਹੈ ਸੁੱਖ। ਸੰਤੁਸ਼ਟੀ, ਰੱਜ, ਸੰਤੋਖ, ਇਹ ਸਾਰੇ ਸਬਰ ਦੇ ਸਮਾਨਾਰਥੀ ਨੇ, ਸੇਮ ਮੀਨਿੰਗ। ਉਹ ਅਮੀਰ ਹੈ ਫਿਰ ਵੀ ਕਿਸੇ ਦਾ ਦਿਲ ਨਹੀਂ ਦਿਖਾਉਂਦਾ, ਇਹ ਕਿਹੜਾ ਵਾਕ ਹੈ? ਸੋ ਇਹ ਹੋ ਗਿਆ ਇੱਕ ਸੰਯੁਕਤ ਵਾਕ। ਸਹੇਲੀ ਦਾ ਪੁਲਿੰਗ ਚੁਣੋ। ਸੋ ਸਹੇਲੀ ਦਾ ਹੋ ਗਿਆ ਮਿੱਤਰ। ਅਗਲਾ ਹੈ 156। ਕਰ, ਖਾ, ਸੁਣ ਕੀ ਨੇ? ਸੋ ਇਹ ਸਾਰੇ ਧਾਤੂ। ਲੋਈ ਲਾਉਣੀ, ਸੋ ਲੋਈ ਲਾਉਣੀ ਆਪਾਂ ਕਹਿੰਦੇ ਹਾਂ ਕਿਸੇ ਨੇ ਜਦੋਂ ਸ਼ਰਮ ਲਾਈ ਹੋਵੇ। ਜਾਤ ਦੀ ਕੋੜ ਕਿੜਲੀ, ਇਹ ਅਖਾਣ ਆਪਾਂ ਨੇ ਪੂਰਾ ਕਰਨਾ, ਇਹ ਵੀ ਬਹੁਤ ਵਾਰੀ ਪੇਪਰਾਂ 'ਚ ਆਉਂਦਾ ਹੈ। ਸ਼ਤੀਰਾਂ ਨੂੰ ਜੱਫੇ,
ਬਹੁਤ ਗੋਰੀ ਸ਼ਬਦ ਹੇਠ ਲਿਖਿਆ ਵਿੱਚੋਂ ਕੀ ਹੈ? ਸੋ ਬਹੁਤ ਗੋਰੀ ਇੱਕ ਗੁਣਵਾਚਕ ਵਿਸ਼ੇਸ਼ਣ ਹੈ। ਅੱਧਕ ਵਾਲਾ ਠੀਕ ਸ਼ਬਦ ਇਹਨਾਂ ਵਿੱਚੋਂ ਕਿਹੜਾ? ਸੋ ਉਹ ਹੋ ਗਿਆ ਆਪਸ਼ਨ 2। ਉੱਦਮ ਸ਼ਬਦ ਦਾ ਸਮਾਨਾਰਥਕ, ਉੱਦਮ ਦਾ ਸਮਾਨਾਰਥਕ ਹੈ ਉਪਰਾਲਾ। ਇੱਕ ਵਚਨ ਚੁਣੋ, ਸੋ ਇਹਨਾਂ ਦੇ ਵਿੱਚੋਂ ਇੱਕ ਵਚਨ ਕਿਹੜਾ ਹੋ ਗਿਆ? ਘੋੜਾ। ਉਹ ਗਰੀਬ ਹੈ ਫਿਰ ਵੀ ਦਾਨੀ ਹੈ, ਸੋ ਇਹ ਹੋ ਗਿਆ ਇੱਕ ਸੰਯੁਕਤ ਵਾਕ। ਸਮਾਸੀ ਸ਼ਬਦ ਹੋ ਗਿਆ ਇਹਨਾਂ ਦੇ ਵਿੱਚੋਂ ਅੰਨ ਪਾਣੀ, ਆਪਸ਼ਨ 1। ਅਗਲਾ ਹੈ, ਉਹ ਦਿਨ ਡੁੱਬਾ, ਬਾਰ ਬਾਰ ਇਹ ਪੇਪਰਾਂ 'ਚ ਆਉਂਦਾ, ਬਹੁਤ ਇੰਪੋਰਟੈਂਟ ਹੈ, ਜਦੋਂ ਘੋੜੀ ਚੜਿਆ ਕੁੱਬਾ। ਸੋ ਇਹ ਅਖਾਣ ਨੂੰ ਆਪਾਂ ਨੇ ਪੂਰਾ ਕੀਤਾ। ਭਾਨੀ ਮਾਰਨੀ ਦਾ ਅਰਥ ਹੈ ਤੁਸੀਂ ਕੰਮ ਕਿਸ ਦਾ ਵਿਗਾੜ ਰਹੇ ਹੋ। ਸ਼ੁੱਧ ਸ਼ਬਦ ਜੋੜ ਇਹਨਾਂ ਦੇ ਵਿੱਚੋਂ ਹੋ ਗਿਆ ਪੜ੍ਹਾਈ। ਅਗਲਾ ਹੈ, ਭਿਉਣਾ ਸ਼ਬਦ ਦਾ ਵਿਰੋਧੀ ਸੁਕਾਉਣਾ। ਭੇਡਾਂ ਦੀ ਚਾਲ ਤੋਂ ਕਿਹੜਾ ਸਮਾਸੀ ਸ਼ਬਦ ਬਣਦਾ ਹੈ? ਭੇਡ ਚਾਲ। ਕਿਹੜਾ ਸ਼ਬਦ ਮੌਤ ਸ਼ਬਦ ਦਾ ਸਮਾਨਾਰਥਕ ਨਹੀਂ ਹੈ? ਸੋ ਮੌਤ ਦਾ ਜਿਹੜਾ ਸਮਾਨਾਰਥਕ ਨਹੀਂ ਹੈ ਉਹ ਹੈ ਪਰਲੋਕ। ਕੰਡਾ ਸ਼ਬਦ ਦਾ ਸਮਾਨਾਰਥਕ ਚੁਣੋ। ਸੋ ਕੰਡੇ ਦਾ ਸਮਾਨਾਰਥਕ ਹੋ ਗਿਆ ਸੂਲ। ਭਾਵਵਾਚਕ ਨਾਮ ਚੁਣੋ, ਸੋ ਉਹ ਹੈ ਗਮੀ, ਖੁਸ਼ੀ। ਅਗਲਾ ਹੈ, ਵਾਕਾਂ ਵਿੱਚ ਪੜਨਾਮ ਵਰਤਣ ਨਾਲ ਕੀ ਲਾਭ ਹੁੰਦਾ? ਸੋ ਜਦੋਂ ਆਪਾਂ ਕਿਸੇ ਵਾਕ ਵਿੱਚ ਪੜਨਾਮ ਲੱਭਦੇ ਹਾਂ ਤਾਂ ਆਪਾਂ ਨੂੰ ਨਾਮ ਬਾਰ ਬਾਰ ਰਿਪੀਟ ਨਹੀਂ ਕਰਨਾ ਪੈਂਦਾ, ਸੋ ਨਾਮ ਨੂੰ ਵਾਰ ਵਾਰ ਦੁਹਰਾਉਣਾ ਨਹੀਂ ਪੈਂਦਾ। ਦਾ, ਦੇ, ਦੀਆਂ ਇਹ ਕੀ ਨੇ? ਇਹ ਸਾਰੇ ਦੇ ਸਾਰੇ ਸੰਬੰਧਕ ਨੇ। ਅੱਖਾਂ ਮਿਟ ਜਾਣੀਆਂ, ਪਰਲੋਕ ਸਿਧਾਰ ਜਾਣਾ। ਫਾਇਦਾ ਸ਼ਬਦ ਨੂੰ ਹੇਠ ਲਿਖਿਆ ਵਿੱਚੋਂ ਕਿਹੜਾ ਸ਼ਬਦ ਵਰਤ ਕੇ ਸ਼ੁੱਧ ਕੀਤਾ ਜਾ ਸਕਦਾ ਹੈ? ਸੋ ਉਹਨੂੰ ਆਪਾਂ, ਇਹ ਜਿਹੜਾ ਫਸਟ ਆਪਸ਼ਨ ਹੈ ਇਹਨੂੰ ਆਪਾਂ ਈੜੀ ਨੂੰ ਸਿਹਾਰੀ, ਇਹਨੂੰ ਜੇ ਆਪਾਂ ਇਹਦੀ ਜਗ੍ਹਾ 'ਤੇ ਇੱਥੇ ਪਾ ਦਈਏ ਐੜੇ ਦੀ ਜਗ੍ਹਾ 'ਤੇ ਤਾਂ ਉਹ ਸਹੀ ਸ਼ਬਦ ਬਣ ਜੂਗਾ। ਸ਼ੁੱਧ ਸ਼ਬਦ ਜੋੜ ਚੁਣੋ, ਸੋ ਇਹਨਾਂ ਦੇ ਵਿੱਚੋਂ ਉਹ ਹੈ ਹਿਰਦਾ। ਹੇਠ ਲਿਖਿਆ ਵਿੱਚੋਂ ਸਮਾਸੀ ਸ਼ਬਦ ਚੁਣੋ, ਸੋ ਇਹਨਾਂ 'ਚੋਂ ਸਮਾਸੀ ਹੈ ਇੱਧਰ ਉੱਧਰ। ਸੋ ਜਿਹੜਾ ਉੱਪਰ ਕੁਐਸਚਨ ਕੀਤਾ ਸੀ ਆਪਾਂ ਨੇ, ਇਹਦੇ ਵਿੱਚ ਇਹ ਸਾਰੇ ਹੀ ਸਮਾਨਾਰਥਕ ਨੇ, ਸੋ ਇਹ ਕੁਐਸਚਨ ਗਲਤ ਹੈ, ਇਹਨੂੰ ਤੁਸੀਂ ਇਗਨੋਰ ਕਰਨਾ। ਇਹ ਸਾਰੇ ਹੀ ਸਮਾਨਾਰਥੀ ਨੇ, ਇਹ ਸਮਾਨਾਰਥੀ ਤੁਸੀਂ ਇਹਨਾਂ ਨੂੰ ਜ਼ਰੂਰ ਇੱਕ ਵਾਰੀ ਪੜ੍ਹ ਸਕਦੇ ਹੋ, ਬਟ ਇਹ ਕੁਐਸਚਨ ਉਰੇ ਗਲਤ ਹੈ। ਸੋ ਨੈਕਸਟ ਜਿਹੜੇ ਪਿੱਛੇ ਕੁਐਸਚਨ ਕੁਝ ਮਿਸ ਹੋ ਗਏ ਸੀ ਉਹ ਹੁਣ ਇੱਥੇ ਨੇ। ਚਿੱਟੀ ਦਾੜੀ ਵਾਲਾ ਸ਼ਬਦ ਤੋਂ ਸਮਾਸੀ ਸ਼ਬਦ ਚੁਣੋ, ਸੋ ਇਹਦਾ ਸਮਾਸੀ ਸ਼ਬਦ ਹੋ ਗਿਆ ਚਿੱਟ ਦਾੜੀਆ। ਖਰਾਂਡ ਸ਼ਬਦ ਦਾ ਵਿਰੋਧੀ ਬਹੁਤ ਵਾਰੀ ਪੇਪਰ 'ਚ ਆਉਂਦਾ ਹੈ ਖਰਵਾ। ਜਿਹੜਾ ਸ਼ਬਦ ਦੂਰ ਸ਼ਬਦ ਦਾ ਵਿਰੋਧੀ ਨਹੀਂ ਹੈ, ਸੋ ਉਹ ਹੋ ਗਿਆ ਸਾਹਮਣੇ। ਅਣਜਾਣ ਸ਼ਬਦ ਦਾ ਸਮਾਨਾਰਥਕ, ਸੋ ਇਹਦਾ ਸਮਾਨਾਰਥਕ ਹੋ ਗਿਆ ਅਣਜਾਣਾ। ਮੋਹਨ ਇੱਕ ਹੁਸ਼ਿਆਰ ਲੜਕਾ ਹੈ ਵਾਕ ਵਿੱਚ ਹੈ ਕਿਰਿਆ ਦੀ ਕਿਹੜੀ ਕਿਸਮ ਹੈ? ਸੋ ਹੈ ਹੋ ਗਈ ਉਰੇ ਸੰਸਰੰਗੀ, ਵੈਰੀ ਵੈਰੀ ਇੰਪੋਰਟੈਂਟ। ਡਾਇਰੈਕਟਲੀ ਪੀ ਟ੍ਰਿਪਲ ਐਸ ਵਿੱਚ ਪਹਿਲਾ ਕੁਐਸਚਨ ਆ ਚੁੱਕਿਆ ਹੈ, ਸੋ ਦਿਸ ਇਜ਼ ਇੰਪੋਰਟੈਂਟ। ਆਪੇ ਫਾਥੜੀਏ ਤੈਨੂੰ ਡੈਸ਼, ਸੋ ਇਹਦਾ ਮਤਲਬ ਹੈ ਕੌਣ ਛੁਡਾਵੇ, ਸੋ ਇਹ ਜਿਹੜਾ ਖਾਣ ਆਪਾਂ ਪੂਰਾ ਕਰ ਰਹੇ ਹਾਂ। ਖਾਣਿਓ ਜਾਣਿਆ ਦਾ ਕੀ ਅਰਥ ਹੈ? ਸੋ ਇਹਦਾ ਅਰਥ ਹੋ ਗਿਆ ਘਬਰਾ ਜਾਣਾ। ਉਜੜੇ ਬਾਗਾਂ ਦੇ ਅਖਾਣ ਪੂਰੀ ਕਰੋ, ਸੋ ਉਜੜੇ ਬਾਗਾਂ ਦੇ ਗਾਲਣ ਪਟਵਾਰੀ। ਅਗਲਾ ਹੈ ਸ਼ੁੱਧ ਮੁਹਾਵਰਾ, ਸੁੱਤੀਆਂ ਕਲਾ ਜਗਾਉਣੀਆਂ। ਵਿਸ਼ੇਸ਼ਣ ਕਿਹੜਾ ਇਹਨਾਂ ਦੇ ਵਿੱਚੋਂ? ਸੋ ਇਹਨਾਂ ਦੇ ਵਿੱਚੋਂ ਵਿਸ਼ੇਸ਼ਣ ਹੋ ਗਿਆ ਆਪਸ਼ਨ 1, ਪੀਲਾ ਚਾਰ ਚੰਗਾ ਕਾਲਾ। ਦੁਸ਼ਮਣ ਵੈਰੀ ਸ਼ਤਰੂ ਸ਼ਬਦਾਂ ਦਾ ਹੋਰ ਕਿਹੜਾ ਸਮਾਨਾਰਥਕ ਹੈ?
ਸੋ ਉਹ ਹੋ ਗਿਆ ਵਿਰੋਧੀ। ਸ਼ੁੱਧ ਸ਼ਬਦ ਜੋੜ ਇਹਨਾਂ 'ਚੋਂ ਹੋ ਗਿਆ ਗਿਆਨ। ਮੋਹਨ ਇੱਕ ਹੁਸ਼ਿਆਰ ਲੜਕਾ, ਅਗੇਨ ਉਰੇ ਰਿਪੀਟ ਹੋ ਰਿਹਾ ਸੰਸਰੰਗੀ ਕਿਰਿਆ। ਝਈਆਂ ਲੈਣੀਆਂ, ਬਹੁਤ ਵਾਰੀ ਪੇਪਰ 'ਚ ਆਇਆ, ਬਹੁਤ ਵਾਰੀ, 100% ਚਾਂਸਿਸ ਨੇ ਕਿ ਬਾਰ ਬਾਰ ਰਿਪੀਟ ਹੁੰਦਾ, ਸੋ ਰਿਪੀਟ ਹੋਊਗਾ। ਸੋ ਝਈਆਂ ਲੈਣੀਆਂ ਦਾ ਅਰਥ ਹੋ ਗਿਆ ਲੜਨਾ। ਕਿਹੜਾ ਸ਼ਬਦ ਆਪਣਾ ਸ਼ਬਦ ਦਾ ਵਿਰੋਧੀ ਨਹੀਂ ਹੈ? ਸੋ ਇੱਥੇ ਉਹ ਹੈ ਮੀਰਾ। ਸ਼ੁੱਧ ਸ਼ਬਦ ਜੋੜ ਇਹਨਾਂ ਦੇ ਵਿੱਚੋਂ ਹੋ ਗਿਆ ਆਪਸ਼ਨ 4। ਅਗਲਾ ਕੁਐਸਚਨ ਹੈ 137, 137 ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ। ਸੋ ਉਹ ਹੋ ਗਿਆ ਜਿੱਥਾ। ਕੁੜੱਤਣ ਦਾ ਵਿਰੋਧੀ ਹੈ ਮਿਠਾਸ। ਉਹਦੀ ਪੱਗ ਦਾ ਰੰਗ ਲਾਲ ਹੈ, ਵਿਸ਼ੇਸ਼ਣ ਕੀ ਹੈ ਇਹਦੇ ਵਿੱਚ? ਸੋ ਇਹਦਾ ਵਿਸ਼ੇਸ਼ਣ ਹੋ ਗਿਆ ਲਾਲ। ਪਿੱਠ ਠੋਕਣੀ, ਉਤਸਾਹ ਵਧਾਉਣਾ। ਸ਼ੁੱਧ ਮੁਹਾਵਰਾ, ਸੋ ਇਹ ਹੈ ਸਿਰੋਂ ਪਾਣੀ ਲੰਘਣਾ। ਪ੍ਰਿੰਸੀਪਲ ਸਾਹਿਬ ਕਾਲਜ ਆਏ ਅਤੇ ਉਹਨਾਂ ਨੇ ਭਾਸ਼ਣ ਦਿੱਤਾ, ਵਾਕ ਦੀ ਕਿਹੜੀ ਕਿਸਮ ਹੈ? ਸੋ ਇਹ ਹੋ ਗਈ ਵਾਕ ਦੀ ਸੰਯੁਕਤ। ਆਮ ਜਾਤੀ ਵਾਚਕ ਸ਼ਬਦ ਇਹਨਾਂ ਦੇ ਵਿੱਚੋਂ ਹੈ ਵਿਦਿਆਰਥੀ। ਸ਼ਬਦਾਂ ਵਿੱਚੋਂ ਕਿਹੜਾ ਠੀਕ ਹੈ? ਸੋ ਇਹਨਾਂ ਦੇ ਵਿੱਚੋਂ ਆਪਸ਼ਨ 1 ਬਿਲਕੁਲ ਸਹੀ ਹੈ। ਅਤੇ ਇਹਨਾਂ ਦੇ ਵਿੱਚੋਂ ਵਿਸ਼ੇਸ਼ਣ ਕਿਹੜਾ? ਅਗਲਾ ਕੁਐਸਚਨ, ਚਿੱਟਾ ਜਾਮਨੀ। ਅੱਧਕ ਵਾਲਾ ਸਹੀ ਸ਼ਬਦ ਹੋ ਗਿਆ ਪੈੱਨ। ਉਸਤਤ ਸ਼ਬਦ ਦਾ ਸਮਾਨ ਅਰਥਕ, ਬਹੁਤ ਵਾਰੀ ਪੇਪਰ 'ਚ ਆਉਂਦਾ, ਪ੍ਰਸ਼ੰਸਾ। ਇੱਕ ਵਚਨ, ਸੋ ਇਹਨਾਂ ਦੇ ਵਿੱਚੋਂ ਇੱਕ ਵਚਨ ਕੀ ਹੋ ਗਿਆ? ਘੋੜੀ। ਟਿੱਪੀ ਦੀ ਵਰਤੋਂ ਵਾਲਾ ਸਹੀ ਸ਼ਬਦ ਹੋ ਗਿਆ ਇਹਨਾਂ ਦੇ ਵਿੱਚੋਂ ਪਿੰਡ। ਨੈਕਸਟ ਦੇਖਦੇ ਹੋ, ਉੱਜਲ ਦਾ ਵਿਰੋਧੀ ਕੀ ਹੈ? ਸੋ ਉੱਜਲ ਦਾ ਵਿਰੋਧੀ ਹੋ ਗਿਆ ਮੈਲਾ। ਮੁਸ਼ਕਲ ਦਾ ਸਮਾਨਾਰਥੀ ਜਿਹੜਾ ਨਹੀਂ ਹੈ ਉਹ ਹੈ ਸੌਖ। ਪੁਰਖਵਾਚਕ ਪ੍ਰਣਾਮ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਸੋ ਉਹਨੂੰ 3 ਭਾਗਾਂ 'ਚ ਵੰਡ ਸਕਦੇ ਹਾਂ। ਸੰਖਿਅਕ ਵਿਸ਼ੇਸ਼ਣ ਦੇ ਕਿੰਨੇ ਰੂਪ ਮੰਨੇ ਗਏ ਨੇ? ਸੋ ਸੰਖਿਅਕ ਵਿਸ਼ੇਸ਼ਣ ਦੇ ਪੰਜਾਬੀ ਵਿੱਚ ਟੋਟਲ 6 ਰੂਪ ਮੰਨੇ ਗਏ ਨੇ। ਜਿਸ ਵਾਕ ਵਿੱਚ ਕਿਰਿਆ ਦਾ ਕਰਮ ਨਾ ਹੋਵੇ ਉਹਨੂੰ ਕਹਿੰਦੇ ਹਾਂ ਅਕਰਮਕ ਕਿਰਿਆ। ਮਾਸੀ ਸ਼ਬਦ ਦਾ ਪੁਲਿੰਗ ਹੋ ਗਿਆ ਮਾਸੜ, ਬੱਚਾ ਦੁੱਧ ਪੀਂਦਾ ਹੈ। ਵਾਕ ਦੀ ਇਹ ਹੈਗੀ ਸਧਾਰਨ ਕਿਸਮ, ਸਿੰਪਲ। ਪੱਤਿਆਂ ਦਾ ਝੜਨਾ ਸ਼ਬਦ ਤੋਂ ਕਿਹੜਾ ਸਮਾਸੀ ਸ਼ਬਦ ਬਣਦਾ ਹੈ? ਸੋ ਉਹਦੇ ਤੋਂ ਬਣਦਾ ਹੈ ਪੱਤਝੜ। ਖਰਵਾ ਸ਼ਬਦ ਦਾ ਵਿਰੋਧੀ ਸ਼ਬਦ ਹੈ ਇਹਦੇ ਵਿੱਚ ਮੁਲਾਇਮ। ਸਹੀ ਵਿਰੋਧੀ ਸ਼ਬਦ ਜੋੜਾਂ ਨੂੰ ਚੁਣੋ। ਸੋ ਇਹਦੇ ਵਿੱਚੋਂ ਹੋ ਗਿਆ ਵਸਣਾ, ਉੱਜੜਨਾ। ਇਕੱਠ ਵਾਚਕ ਨਾਮ ਹੈ ਜੱਥਾ, ਜਮਾਤ। ਮੈਂ, ਤੂੰ, ਉਹ ਸ਼ਬਦ ਕੀ ਨੇ? ਸੋ ਜਿਹੜੇ ਸਾਰੇ ਸ਼ਬਦ ਨੇ ਮੈਂ, ਤੂੰ, ਉਹ, ਇਹ ਹੋ ਗਏ ਪੜਨਾਵ। ਸਿਆਣਾ ਵਿਦਿਆਰਥੀ, ਸੋ ਸਿਆਣਾ ਵਿਦਿਆਰਥੀ ਇੱਕ ਗੁਣਵਾਚਕ ਵਿਸ਼ੇਸ਼ਣ ਹੈ। ਪਾਣੀ ਪਾਣੀ ਹੋਣਾ ਮੁਹਾਵਰੇ ਦਾ ਮਤਲਬ ਹੈ ਸ਼ਰਮਿੰਦਾ ਹੋਣਾ। ਨੈਕਸਟ ਹੈ ਸ਼ੁੱਧ ਮੁਹਾਵਰਾ, ਊਠ ਦੇ ਮੂੰਹ। ਸੋ ਇਹਦੇ ਨਾਲ ਜਿਹੜਾ ਸ਼ੁੱਧ ਮੁਹਾਵਰਾ ਬਣਦਾ ਉਹ ਹੈ ਆਪਸ਼ਨ 3, ਊਠ ਦੇ ਮੂੰਹ ਜੀਰਾ ਦੇਣਾ। ਇਹ ਵੀ ਪੇਪਰ ਲਈ ਇੰਪੋਰਟੈਂਟ ਹੈ। ਅਗਲਾ ਹੈ ਸਮਾਸੀ ਸ਼ਬਦ। ਸੋ ਇਹਨਾਂ 'ਚੋਂ ਸਮਾਸੀ ਹੋ ਗਿਆ ਡਾਕਖਾਨਾ। ਗੇਦ ਦੇ ਵਿੱਚ ਜੇ ਆਪਾਂ ਬਿੰਦੀ ਲਾ ਦਾਂਗੇ ਤਾਂ ਇਹ ਸ਼ਬਦ ਸਹੀ ਬਣ ਜੂ। ਜਿਹੜਾ ਸ਼ਬਦ ਸਮਾਸੀ ਨਹੀਂ ਹੈ ਸੋ ਉਹ ਹੈ ਇਹਨਾਂ ਦੇ ਵਿੱਚੋਂ ਗਰਮ ਪਾਣੀ। ਲਾਭ ਦਾ ਸਮਾਨਾਰਥੀ ਹੋ ਗਿਆ ਫਾਇਦਾ। ਪ੍ਰਸ਼ਨਵਾਚਕ ਪ੍ਰਣਾਮ ਕਿਹੜਾ? ਆਈ ਚਲਾਈ ਕਰਨੀ, ਜੋ ਕਮਾਉਣਾ ਖਾ ਲੈਣਾ। ਅੰਦਰ ਹੋਵੇ ਸੱਚ ਤਾਂ ਕੋਠੇ ਚੜ ਕੇ ਨੱਚ। ਫੜਾ ਮਾਰਨੀਆਂ ਮੁਹਾਵਰੇ ਦਾ ਮਤਲਬ ਹੈ ਗੱਪਾਂ ਮਾਰਨੀਆਂ। ਉਹ ਕਿਹੜੀ ਗਲੀ ਜਿੱਥੇ ਭਾਗੋ ਨਹੀਂ ਖਲੀ, ਵੈਰੀ ਵੈਰੀ ਇੰਪੋਰਟੈਂਟ। ਸਹੀ ਵਿਰੋਧੀ ਸ਼ਬਦ ਜੋੜਾਪਨ ਚੁਣਨਾ ਅਮੀਰ ਗਰੀਬ।
ਜ਼ੁਲਮ ਦਾ ਸਮਾਨਾਰਥੀ ਹੋ ਗਿਆ ਅਤਿਆਚਾਰ। ਸੋ ਅਗਲਾ ਕੁਐਸਚਨ ਹੈ 205, ਰੀਤੂ ਆਲਸੀ ਸੀ ਵਾਕ ਵਿੱਚ ਸੀ ਕੀ ਹੈ? ਸੋ ਸੀ ਇੱਕ ਸੰਸਰੰਗੀ ਹੈ। ਆਪਣੇ ਹੱਥੀ ਆਪਣੇ ਆਪ ਹੀ, ਸੋ ਇਹਨੂੰ ਆਪਾਂ ਨੂੰ ਅਖਾਣ ਨੂੰ ਪੂਰਾ ਕਰਾਂਗੇ, ਕਾਜ ਸਵਾਰੀ ਹੈ। ਅਗਲਾ ਹੈ ਸ਼ੁੱਧ ਸ਼ਬਦ ਜੋੜ ਚੁਣੋ। ਸੋ ਇਹਦੇ ਵਿੱਚ ਸ਼ੁੱਧ ਹੋ ਗਿਆ ਔਗੁਣ, ਔੜ ਦਾ ਵਿਰੋਧੀ ਕੀ ਹੋ ਗਿਆ? ਵਰਖਾ। ਸਹੀ ਵਿਰੋਧੀ ਸ਼ਬਦ ਚੁਣੋ, ਸੱਖਣਾ ਭਰਿਆ, ਬਾਲ ਨਿਆਣਾ ਸ਼ਿਸ਼ੂ ਸ਼ਬਦ, ਹੋਰ ਸਮਾਨਾਰਥੀ ਇਹਨਾਂ ਦਾ ਕੀ ਹੋ ਗਿਆ? ਬਾਲਕ। ਹੇਠ ਲਿਖਿਆ ਵਿੱਚੋਂ ਵਸਤੂਵਾਚਕ ਨਾਮ ਚੁਣੋ। ਸੋ ਵਸਤੂਵਾਚਕ ਹੈ ਦੁੱਧ ਤੇਲ, ਉੱਤਮ ਪੁਰਖ ਪ੍ਰਣਾਮ ਇਹਨਾਂ ਦੇ ਵਿੱਚੋਂ ਹੈ ਮੈਂ ਮੇਰਾ, ਉਹਦੇ ਪੱਗ ਦਾ ਰੰਗ ਲਾਲ ਹੈ, ਇਹਦੇ ਵਿੱਚ ਜਿਹੜਾ ਵਿਸ਼ੇਸ਼ਣ ਹੈ ਉਹ ਹੈ ਲਾਲ। ਕਿਸੇ ਨੂੰ ਹਰਾ ਦਿੱਤਾ ਹੋਵੇ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ? ਦੰਦ ਖੱਟੇ ਕਰਨੇ। ਪੰਜਾਬੀ ਭਾਸ਼ਾ ਦੀ ਜਨਮਦਾਤੀ ਕਿਹੜੀ ਭਾਸ਼ਾ ਹੈ? ਸੋ ਜਨਮਦਾਤੀ ਮੰਨਿਆ ਜਾਂਦਾ ਹੈ ਸੰਸਕ੍ਰਿਤ ਨੂੰ, ਅਤੇ ਇਹ ਵੀ ਆਲਰੇਡੀ ਪੇਪਰ 'ਚ ਆ ਚੁੱਕਿਆ। ਸ਼ੁੱਧ ਸ਼ਬਦ ਜੋੜ ਕਿਹੜੇ ਹਨ? ਸੋ ਇਤਿਹਾਸਿਕ ਦਾ ਜਾਂ ਪੂਰੇ ਸ਼ੁੱਧ ਦੇਖਣਾ ਹੋਵੇ ਰੂਪ ਤਾਂ ਉਹ ਹੈ ਆਪਸ਼ਨ 3। ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ? ਸੋ ਜਨਮ ਹੋਇਆ 1469। ਜਪਜੀ ਸਾਹਿਬ ਦਾ ਕਰਤਾ, ਸੋ ਜਪਜੀ ਸਾਹਿਬ ਦਾ ਕਰਤਾ ਹੈ ਗੁਰੂ ਨਾਨਕ ਦੇਵ ਜੀ। ਪੰਜਾਬ ਦੀ ਟਕਸਾਲੀ ਭਾਸ਼ਾ ਕਿਹੜੀ ਹੈ? ਸੋ ਪੰਜਾਬ ਦੀ ਟਕਸਾਲੀ ਭਾਸ਼ਾ ਹੈ ਮਾਝੀ। ਦਫਤਰੀ ਭਾਸ਼ਾ ਪੰਜਾਬੀ, ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ। ਸ਼ਿਵ ਕੁਮਾਰ ਬਟਾਲਵੀ ਕੁਐਸਚਨ ਨੰਬਰ 221। ਸੋ ਕੁਐਸਚਨ ਹੈ ਸ਼ਿਵ ਕੁਮਾਰ ਬਟਾਲਵੀ ਕਿਸ ਭਾਸ਼ਾ ਦਾ ਕਵੀ? ਸੋ ਸ਼ਿਵ ਕੁਮਾਰ ਬਟਾਲਵੀ ਨੇ ਪੰਜਾਬੀ। ਧਨੀ ਰਾਮ ਚਾਤ੍ਰਿਕ ਕੌਣ ਸੀ? ਸੋ ਧਨੀ ਰਾਮ ਚਾਤ੍ਰਿਕ ਪੰਜਾਬੀ ਕਵੀ। ਉੱਲੂ ਬੋਲਣੇ ਕੀ ਹੈ? ਇੱਕ ਮੁਹਾਵਰਾ। ਈਦ ਦਾ ਚੰਦ ਹੋਣਾ ਆਪਸ਼ਨ 1, ਕਾਫੀ ਦੇਰ ਬਾਅਦ ਮਿਲਣਾ। ਪੁਆਧੀ ਕੀ ਹੈ? ਉਪਭਾਸ਼ਾ। ਲੁੱਤੀ ਲਾਉਣੀ, ਕਿਸੇ ਦੀ ਚੁਗਲੀ ਕਰਨੀ। ਮਲਵਈ ਕਿਸ ਖੇਤਰ 'ਚ ਬੋਲੀ ਜਾਂਦੀ ਹੈ? ਸੋ ਮਲਵਈ ਬੋਲੀ ਜਾਂਦੀ ਹੈ ਫਰੀਦਕੋਟ। ਖਾਨਿਓ ਜਾਣਾ, ਗੁੱਸਾ ਕਰਨਾ। ਅਗਲਾ ਕੁਐਸਚਨ ਹੈ, ਸੋਰੀ, ਖਾਨਿਓ ਜਾਣਾ ਘਬਰਾ ਜਾਣਾ, ਘਬਰਾ ਜਾਣਾ। ਉੱਦਮੀ ਸ਼ਬਦ ਦਾ ਵਿਰੋਧੀ ਕੀ ਹੈ? ਉੱਦਮੀ ਸ਼ਬਦ ਦਾ ਵਿਰੋਧੀ ਹੁੰਦਾ ਹੈ ਆਲਸੀ। ਚਈਆਂ ਲੈਣੀਆਂ ਮੁਹਾਵਰਾ ਹੈ। ਨੈਕਸਟ ਹੈ ਇਹਨਾਂ 'ਚੋਂ ਵਿਸ਼ੇਸ਼ਣ ਚੁਣਨਾ ਆਪਾਂ ਨੇ। ਸੋ ਵਿਸ਼ੇਸ਼ਣ ਇਹਨਾਂ ਦੇ ਵਿੱਚੋਂ ਹੈ ਪੀਲਾ ਚਾਰ ਚੰਗਾ ਕਾਲਾ। ਮਾਝੀ ਕਿਹੜੇ ਖੇਤਰ 'ਚ ਬੋਲੀ ਜਾਂਦੀ ਹੈ? 233 ਕੁਐਸਚਨ, ਅੰਮ੍ਰਿਤਸਰ। ਗੁਰਮੁਖੀ ਕੀ ਹੈ? ਇੱਕ ਲਿਪੀ ਹੈ। ਖਰਾਂਟ ਸ਼ਬਦ ਦਾ ਵਿਰੋਧੀ, ਬਹੁਤ ਵਾਰੀ ਪੇਪਰ 'ਚ ਆਇਆ, ਜਿਹੜੇ ਵੀ ਮੈਂ ਸਟਾਰ ਮਾਰਕ ਕਰਵਾ ਰਹੀ ਹਾਂ ਉਹਨਾਂ ਦੇ ਉੱਤੇ ਤੁਸੀਂ ਸਪੈਸ਼ਲ ਫੋਕਸ ਦੇ ਕੇ ਉਹਨਾਂ ਨੂੰ ਤਿਆਰ ਕਰਕੇ ਜਾਣਾ। ਸੋ ਖਰਾਂਟ ਦਾ ਹੋ ਗਿਆ ਖਰੜਾ, ਵਿਰੋਧੀ। ਨੈਕਸਟ ਕੁਐਸਚਨ ਦੇਖਦੇ ਹਾਂ, 236। ਕਿਸੇ ਭਾਸ਼ਾ ਨੂੰ ਰੂਪ ਵਿੱਚ ਲਿਖਣ ਲਈ ਬਣਾਏ ਗਏ ਨਿਯਮਾਂ ਦੇ ਸੰਗ੍ਰਹਿ ਨੂੰ ਕੀ ਕਹਿੰਦੇ ਹਾਂ? ਸੋ ਉਹਨੂੰ ਆਪਾਂ ਕਹਿੰਦੇ ਹਾਂ ਵਿਆਕਰਣ। ਸ਼ੁੱਧ ਸ਼ਬਦ ਜੋੜ ਚੁਣੋ, ਸ਼ਾਇਦ। ਹੇਠ ਲਿਖੇ ਸਮਾਸੀ ਸ਼ਬਦਾਂ ਵਿੱਚੋਂ ਸਮਾਨਾਰਥਕ ਸਮਾਸੀ ਕਿਹੜਾ? ਸੋ ਇਹਦੇ ਵਿੱਚੋਂ ਸਮਾਨਾਰਥਕ ਹੋ ਗਿਆ ਵਿਆਹ ਸ਼ਾਦੀ। ਅਗਲਾ ਕੁਐਸਚਨ ਹੈ 239। ਬਦਸ਼ਕਲ, ਬਦਸੂਰਤ, ਕੋਝਾ, ਭੈੜਾ ਸ਼ਬਦ ਦਾ ਹੋਰ ਕਿਹੜਾ ਸਮਾਨਾਰਥੀ ਹੋ ਸਕਦਾ ਹੈ? ਸੋ ਉਹ ਹੈ ਕਰੂਪ।
ਜਲੰਧਰ, ਸੋਨਾ, ਸੁਰਜੀਤ ਸਿੰਘ ਸ਼ਬਦ ਕੀ ਨੇ? ਸੋ ਇਹ ਸਾਰੇ ਦੇ ਸਾਰੇ ਨਾਮ ਨੇ। ਇਹਨਾਂ 'ਚੋਂ ਸ਼ੁੱਧ ਮੁਹਾਵਰਾ ਹੈ ਅੱਖਾਂ ਫੇਰ ਛੱਡਣੀਆਂ। ਸੋ ਇਹਨਾਂ ਸ਼ੁੱਧ ਮੁਹਾਵਰਾ ਇਹ ਆਈ ਥਿੰਕ ਗਲਤ ਆਂਸਰ ਕਿਚ ਗਲਤ ਹੈ। ਸ਼ੁੱਧ ਮੁਹਾਵਰਾ ਹੋਣਾ ਚਾਹੀਦਾ ਅੱਖਾਂ ਮੀਟਣੀਆਂ। ਗੁਜ਼ਾਰਾ ਕਰਨ ਲਈ ਕਿਸੇ ਤੋਂ ਪੈਸੇ ਮੰਗੇ ਜਾਣ ਤੱਕ ਕਿਹੜਾ ਮੁਹਾਵਰਾ ਹੁੰਦਾ? ਸੋ ਇਹ ਪਹਿਲਾਂ ਵੀ ਆ ਚੁੱਕਿਆ, ਹੱਥ ਅੜਨੀ। ਉਹ ਘਰ ਗਿਆ ਅਤੇ ਉਹਨੇ ਰੋਟੀ ਖਾਧੀ। ਸੋ ਇਹ ਕੀ ਹੈ? ਇਹ ਹੋ ਗਿਆ ਇੱਕ ਸੰਯੁਕਤ ਵਾਕ। ਅਗਲਾ ਆ ਗਿਆ ਆਪਣੇ ਕੋਲ ਸ਼ੁੱਧ ਸ਼ਬਦ ਚੁਣੋ। ਸੋ ਇਹਦੇ ਵਿੱਚ ਹੋ ਗਿਆ ਆਪਸ਼ਨ 4 ਸਹੀ। ਨਵੀਨ ਦਾ ਵਿਰੋਧੀ ਪੁਰਾਤਨ। ਮੁਸ਼ਕਿਲ ਦਾ ਸਮਾਨਾਰਥੀ ਨਹੀਂ ਹੈ ਸੌਕ। ਭੇਡਾਂ ਦੀ ਚਾਲ ਤੋਂ ਕਿਹੜਾ ਸਮਾਸੀ ਸ਼ਬਦ ਬਣਦਾ ਹੈ? ਭੇਡ ਚਾਲ। ਗੁਣਵਾਚਕ ਵਿਸ਼ੇਸ਼ਣ, ਸੋ ਇਹਨਾਂ ਦੇ ਵਿੱਚੋਂ ਗੁਣਵਾਚਕ ਹੋ ਗਿਆ ਸੁੰਦਰ। ਕਰ ਖਾਸ ਸੁਣ ਇਹ ਕੀ ਨੇ? ਤਾਤੂ। ਸ਼ੁੱਧ ਹੋ ਗਿਆ ਮੁੰਡੇ ਦੌੜਦੇ ਹਨ। ਦੀਵੇ ਥੱਲੇ, ਸੋ ਇਹ ਆਪਾਂ ਨੇ ਪੂਰਾ ਕਰਨਾ ਮੁਹਾਵਰਾ, ਆਪਾਂ ਇਹਨੂੰ ਕਹਿੰਦੇ ਹੁੰਦੇ ਹਾਂ ਦੀਵੇ ਥੱਲੇ ਹਨੇਰਾ। ਅੰਨਿਆਂ ਵਿੱਚ ਕਾਣਾ ਰਾਜਾ। ਕੁੜੱਤਨ ਸ਼ਬਦ ਤੋਂ ਬਣਦਾ ਵਿਰੋਧੀ ਮਿਠਾਸ। ਮੁਲਤਾਨੀ ਕੀ ਹੈ? ਉਪਭਾਸ਼ਾ। ਪੰਜਾਬੀ ਵਿੱਚ ਸੱਸੇ ਤੋਂ ਡੱਡੇ ਅੱਖਰ ਕੀ ਨੇ? ਸੋ ਜਿਹੜੇ ਇਹ ਅੱਖਰ ਨੇ ਇਹਨਾਂ ਨੂੰ ਆਪਾਂ ਕਹਿੰਦੇ ਹਾਂ ਵਿਅੰਜਨ। ਸ਼ੁੱਧ ਸ਼ਬਦ ਜੋੜ ਵਾਲਾ ਸ਼ਬਦ ਚੁਣੋ। ਸੋ ਉਹ ਹੈ ਇਹਨਾਂ ਦੇ ਵਿੱਚੋਂ ਸ਼ਾਇਦ। ਉਹ ਸ਼ਬਦ ਜਿਹੜੇ ਕਿਸੇ ਹੋਰ ਸ਼ਬਦ ਜਾਂ ਸ਼ਬਦਾਂ ਦੀ ਸਹਾਇਤਾ ਨਾਲ ਬਣਨ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਸੋ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਰਚਿਤ ਸ਼ਬਦ। ਸਹੀ ਸਮਾਸੀ ਸ਼ਬਦ ਇਹਨਾਂ ਦੇ ਵਿੱਚੋਂ ਕਿਹੜਾ? ਡਾਕਖਾਨਾ। ਕਿਰਿਆ ਵਿਸ਼ੇਸ਼ਣ ਦੀਆਂ ਕੁੱਲ ਕਿਸਮਾਂ ਹੁੰਦੀਆਂ ਨੇ 8। ਕਾਰ ਦੰਤਕ ਕਿੰਨੀਆਂ ਕਿਸਮਾਂ ਦੇ ਹੁੰਦੇ ਨੇ? ਸੋ ਇਹ ਵੀ ਇੰਪੋਰਟੈਂਟ ਕੁਐਸਚਨ ਹੈ। ਕਾਰ ਦੰਤਕ ਜਿਹੜੇ ਹੁੰਦੇ ਨੇ ਉਹ ਹੁੰਦੇ ਨੇ ਕੁੱਲ 4 ਕਿਸਮਾਂ ਦੇ। ਸੋ ਇਹਨਾਂ ਦੇ ਵਿੱਚੋਂ ਸ਼ੁੱਧ ਹੋ ਗਿਆ ਬੁੱਢਾ। ਅਭਿਆਸ ਇਹ ਆਪਾਂ ਪਹਿਲਾਂ ਵੀ ਕਰ ਚੁੱਕੇ ਹਾਂ, ਜੇ ਆਪਾਂ ਇਹ ਕਰ ਦਈਏ ਤਾਂ ਇਹ ਸਹੀ ਇੱਕ ਸ਼ਬਦ ਬਣ ਜੂਗਾ, ਸ਼ੁੱਧ ਰੂਪ ਵਿੱਚ ਆਪਣੇ ਕੋਲ ਆ ਜੂਗਾ। ਅਗਲਾ ਹੋ ਗਿਆ ਬਣਤਰ ਦੇ ਆਧਾਰ 'ਤੇ ਸ਼ਬਦ ਕਿੰਨੇ ਪ੍ਰਕਾਰ ਦੇ ਹੁੰਦੇ ਨੇ? 2 ਪ੍ਰਕਾਰ ਦੇ। ਊਠ ਤੋਂ ਛਾਨਣੀ ਲਾਇਆ, ਸੋ ਇਹ ਜਦੋਂ ਆਪਣੇ ਪੂਰਾ ਕਰਨਾ ਤਾਂ ਇਹ ਹੋਊਗਾ ਭਾਰ ਹੌਲਾ ਨਹੀਂ ਹੁੰਦਾ। ਲੱਤਾਂ ਉਡਾਉਣੀਆਂ 265। ਖਾਮਖਾ ਦਖਲ ਦੇਣਾ। ਕੋਹੀਨੂਰ ਕੀਮਤੀ ਹੀਰਾ ਹੈ, ਕੋਹੇਨੂਰ ਕੀ ਹੈ? ਸੋ ਇਹਦੇ ਵਿੱਚ ਕੋਹੇਨੂਰ ਇੱਕ ਖਾਸ ਨਾਮ ਹੈ। ਪੜਨਾਮ ਦੀਆਂ ਕੁੱਲ ਕਿਸਮਾਂ ਹੁੰਦੀਆਂ ਨੇ 6। ਕਈ ਵਾਕਾਂ 'ਚ ਇਕੱਲਾ ਹੈ ਜਾਂ ਸੀ ਸ਼ਬਦੀ ਕਿਰਿਆ ਦਾ ਰੂਪ ਹੁੰਦਾ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ? ਸੋ ਉਹਨੂੰ ਆਪਾਂ ਉੱਥੇ ਕਹਿੰਦੇ ਹਾਂ ਸਸਰੰਗੀ ਕਿਰਿਆ। ਪੁਆਧੀ ਕੀ ਹੈ? ਉਪਭਾਸ਼ਾ। ਸੰਬੰਧਕ ਨੈਕਸਟ ਚੁਣਨੇ ਆਪਾਂ ਨੇ ਦਾ ਦੇ। ਜਿਹੜੇ ਸ਼ਬਦ ਵਾਕਾਂ ਵਿੱਚ ਇਕੱਲੇ ਹੀ ਹੋਰਾਂ ਸ਼ਬਦਾਂ ਨਾਲ ਦੱਸਣ ਉਹਨਾਂ ਨੂੰ ਕਿਹਾ ਜਾਂਦਾ ਹੈ, ਸੋ ਉਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ? ਪੂਰਨ ਸੰਬੰਧਕ। ਰੂਪ ਦੇ ਆਧਾਰ 'ਤੇ ਯੋਜਕ ਦੀਆਂ ਕਿਸਮਾਂ ਹੁੰਦੀਆਂ ਨੇ 2। ਸੋ ਇਹ ਵੀ ਪੇਪਰ 'ਚ ਆ ਚੁੱਕਿਆ। ਕਾਰਕ ਕਿੰਨੀ ਪ੍ਰਕਾਰ ਦੇ ਹੁੰਦੇ ਨੇ? ਸੋ ਕਾਰਕ ਹੁੰਦੇ ਨੇ 8 ਪ੍ਰਕਾਰ ਦੇ। ਕਾਰ ਦੰਤਕ ਦੀਆਂ ਕਿਸਮਾਂ ਹੁੰਦੀਆਂ ਨੇ 4। ਮਲਵਈ ਕੀ ਹੈ? ਉਪਭਾਸ਼ਾ। ਵਾਕ ਰਚਨਾ ਦੇ ਨਿਯਮਾਂ ਨੂੰ ਹੇਠ ਲਿਖੇ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਸੋ ਉਹਨਾਂ ਨੂੰ ਆਪਾਂ ਵੰਡਦੇ ਹਾਂ 3 ਭਾਗਾਂ 'ਚ। ਇਹਨਾਂ ਵਿੱਚੋਂ ਸ਼ੁੱਧ ਹੋ ਗਿਆ ਮੁੰਡੇ ਦੌੜਦੇ ਨੇ। ਅਗਲਾ ਹੈ ਸਹੀ ਸਮਾਸੀ ਚੁਣੋ। 278।
ਕੰਮ ਧੰਦਾ ਆਪੇ ਫਾਬੜੀਏ ਤੈਨੂੰ ਕੌਣ ਛੁਡਾਵੇ। ਕਿਸੇ ਹੋਰ ਨੂੰ ਹਰਾ ਦਿੱਤਾ ਜਾਵੇ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ ਹੈ? ਸੋ ਉੱਥੇ ਆਪਾਂ ਵਰਤਦੇ ਹਾਂ ਦੰਦ ਖੱਟੇ ਕਰਨੇ। ਸਹੀ ਇਹਨਾਂ 'ਚ ਸ਼ਬਦ ਹੋ ਗਿਆ ਦੁੱਧ। ਸਬਰ ਦਾ ਸਮਾਨਾਰਥਕ ਨਹੀਂ ਹੈ, ਸੋ ਇਹਨਾਂ 'ਚੋਂ ਸਬਰ ਦਾ ਸਮਾਨਾਰਥਕ ਨਹੀਂ ਹੈ ਭੁੱਖ। ਕੰਡਾ ਸ਼ਬਦ ਦੇ ਬੌਰਥਕ ਵਜੋਂ ਨਹੀਂ ਵਰਤਿਆ ਜਾਂਦਾ, ਸੋ ਉਹ ਹੋ ਗਿਆ ਹੱਡੀ। ਨਾਮ ਸ਼ਬਦ ਚੁਣੋ, ਸੋ ਨਾਮ ਸ਼ਬਦ ਇਹਨਾਂ ਦੇ ਵਿੱਚੋਂ ਹੈ ਕੁਰਸੀ। ਪੜਨਾਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ? 6। ਇਹ ਬਾਰ ਬਾਰ ਆ ਰਹੇ ਨੇ, ਸੋ ਤੁਸੀਂ ਰੱਟੇ ਲਗਾ ਲੈਣੇ ਨੇ ਕਿ ਕਿੰਨੀਆਂ ਕਿਸਮਾਂ ਨੇ ਕਿਹਦੀਆਂ। ਅੱਕ ਪਿਛੇਤਰ ਕਿਸ ਸ਼ਬਦ ਵਿੱਚ ਨਹੀਂ ਹੈ? ਸੋ ਇਹਨਾਂ ਦੇ ਵਿੱਚੋਂ ਜਿਹੜਾ ਗਲਤ ਲਗਾਇਆ ਹੋਇਆ, ਜਿਹਦਾ ਇਹ ਪਿਛੇਤਰ ਨਹੀਂ ਹੈ, ਉਹ ਹੈ ਤਿਰਾਕ। ਪਰਿਮਾਣ ਵਾਚਕ ਵਿਸ਼ੇਸ਼ਣ ਚੁਣੋ, ਸੋ ਇਹਨਾਂ ਦੇ ਵਿੱਚੋਂ ਪਰਿਮਾਣ ਸੋਰੀ ਮੈਜਰਮੈਂਟ ਵਾਲਾ ਹੋ ਗਿਆ 5 ਮੀਟਰ। ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਦੀ ਆਪਾਂ ਵਰਤੋਂ ਕਰਦੇ ਹਾਂ? ਸੋ ਆਪਾਂ ਲਿਖਣ ਲਈ ਕਰਦੇ ਹਾਂ ਗੁਰਮੁਖੀ ਲਿਪੀ ਦੀ ਵਰਤੋਂ। ਫੜਾ ਮਾਰਨੀਆਂ, ਗੱਪਾਂ ਮਾਰਨੀਆਂ। ਅਗਲਾ ਕੁਐਸਚਨ ਹੈ 290। ਊਠ ਤੋਂ ਛਾਨਣੀ ਲਾਇਆ ਭਾਰ ਹੌਲਾ ਨਹੀਂ ਹੁੰਦਾ। ਹੰਢਣ ਸਾਰ ਉਤਪੰਨ ਸ਼ਬਦ ਵਿੱਚ ਸ਼੍ਰੇਣੀ ਕਿਹੜੀ ਆਉਂਦੀ ਹੈ? ਵੈਰੀ ਵੈਰੀ ਇੰਪੋਰਟੈਂਟ। ਸੋ ਇਹਦੇ 'ਚ ਆਉਂਦੀ ਹੈ ਪਿਛੇਤਰ ਸ਼੍ਰੇਣੀ। ਬੱਚਾ ਦੁੱਧ ਪੀਂਦਾ ਹੈ, ਵਾਕ ਦੀ ਇਹ ਇੱਕ ਸਧਾਰਨ ਕਿਸਮ ਹੈ। ਆਈ ਚਲਾਈ ਕਰਨੀ, ਜੋ ਕਮਾਉਣਾ ਸੋ ਖਾ ਲੈਣਾ। ਇਹਨਾਂ 'ਚੋਂ ਸ਼ੁੱਧ ਮੁਹਾਵਰਾ ਹੈ ਸਾਹ ਸੁੱਕਣਾ। ਸੁਰਜੀਤ ਖੇਡਦਾ ਹੈ ਇੱਕ ਵਰਤਮਾਨ ਕਾਲ ਹੈ। ਕਿਰਿਆ ਵਿਸ਼ੇਸ਼ਣ ਦੀਆਂ ਕਿਸਮਾਂ ਹੁੰਦੀਆਂ ਨੇ 8। ਖਾ ਹੀ ਉੱਠਣਾ ਜਾਗਣਾ ਆਦਿ ਸ਼ਬਦ ਕੀ ਨੇ? ਸੋ ਇਹ ਸਾਰੇ ਦੇ ਸਾਰੇ ਸ਼ਬਦ ਇੱਕ ਕਿਰਿਆ ਨੇ। ਇਲਾਕੇ ਦੇ ਆਧਾਰ 'ਤੇ ਬੋਲੀ ਜਾਣ ਵਾਲੀ ਬੋਲੀ ਨੂੰ ਆਪਾਂ ਕਹਿੰਦੇ ਹਾਂ ਉਪਭਾਸ਼ਾ। ਸੋ ਏਰੀਏ ਵਾਈਜ਼, ਇਲਾਕੇ ਵਾਈਜ਼। ਸ਼ੁੱਧ ਸ਼ਬਦ ਜੋੜ ਚੁਣੋ, ਆਪਣਾ। ਸਹੀ ਸਮਾਸੀ, ਹਾਲ ਚਾਲ। ਸੋ ਅਗਲਾ ਕੁਐਸਚਨ ਹੈ 301। ਸ਼ਬਦ ਰਚਨਾ ਦੇ ਕਿੰਨੇ ਭਾਗ ਹੁੰਦੇ ਨੇ? 2। ਕਿਹੜਾ ਸ਼ਬਦ ਮੂਲ ਸ਼ਬਦ ਹੈ? ਸੋ ਇਹਨਾਂ ਦੇ ਵਿੱਚੋਂ ਮੂਲ ਸ਼ਬਦ ਹੈ ਮੈਦਾਨ, ਜਿਹਨੂੰ ਕਿਸੇ ਹੋਰ ਅਗੇਤਰ ਪਿਛੇਤਰ ਦੀ ਲੋੜ ਨਹੀਂ ਹੈ, ਆਪਣੇ ਆਪ ਦੇ ਵਿੱਚ ਪੂਰਾ ਹੈ। ਗੁਰਮੁਖੀ ਕੀ ਹੈ? ਸੋ ਗੁਰਮੁਖੀ ਇੱਕ ਲਿਪੀ ਹੈ। ਪੁਲਿਸ ਨੇ ਚੋਰ ਨੂੰ ਫੜਿਆ ਅਤੇ ਹੱਥ ਘੜੀ ਲਾ ਦਿੱਤੀ, ਵਾਕ ਇੱਕ ਸੰਯੁਕਤ ਵਾਕ ਹੈ। ਸ਼ੁੱਧ ਸ਼ਬਦ ਚੁਣੋ, ਪੜ੍ਹਾਈ। ਹੇਠ ਲਿਖਿਆ ਵਿੱਚੋਂ ਠੀਕ ਸਮਾਸੀ ਸ਼ਬਦ ਚੁਣੋ, ਸੋ ਇਹਨਾਂ ਦੇ ਵਿੱਚੋਂ ਠੀਕ ਸਮਾਸੀ ਸ਼ਬਦ ਹੈ ਸੱਚ ਝੂਠ। ਬਾਲ, ਨਿਆਣਾ, ਬੱਚਾ, ਇਹਨਾਂ ਦਾ ਹੋਰ ਸਮਾਨਾਰਥਕ ਹੈ ਬਾਲਕ। ਕਾਰਕ ਹੁੰਦੇ ਨੇ 8 ਤਰ੍ਹਾਂ ਦੇ। ਅੰਦਰ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ, ਸੁੱਤੀਆਂ ਕਲਾ ਜਗਾਉਣੀਆਂ। ਸੋ ਇਹ ਬਾਰ ਬਾਰ ਰਿਪੀਟ ਹੋ ਰਹੇ ਨੇ, ਪੇਪਰ ਦੇ ਲਈ ਵੀ ਇੰਪੋਰਟੈਂਟ ਹੈ। ਊਟ ਤੋਂ ਛਾਣਨੀ ਲਾਇਆ ਭਾਰ ਹੌਲਾ ਨਹੀਂ ਹੁੰਦਾ। ਦਾਲ ਨਾ ਗਲਣੀ ਦਾ ਅਰਥ ਹੈ ਕਿਤੇ ਆਪਸ ਵਿੱਚ ਨਾ ਬਣਨੀ। ਸਹੀ ਸ਼ਬਦ ਜੋੜ ਹੋ ਗਿਆ ਸਿਹਤ। ਸਹੀ ਸਮਾਸੀ ਇਹਨਾਂ ਦੇ ਵਿੱਚੋਂ ਹੈ ਹੱਕ ਹਲਾਲ। ਊਣਾ ਬਹੁਤ ਵਾਰੀ ਪੇਪਰ 'ਚ ਆਉਂਦਾ, ਘੱਟ। ਕੋਝਾ ਦਾ ਮਤਲਬ ਹੁੰਦਾ ਹੈ ਕਰੂਪ। ਸੋ ਅਗਲਾ ਕੁਐਸਚਨ ਹੈ 317। ਤੁੱਛ ਅਦਨਾ, ਕੁੜੱਤਣ ਦਾ ਵਿਰੋਧੀ ਹੋ ਗਿਆ ਮਿਠਾਸ। ਕਿਹੜਾ ਸ਼ਬਦ ਦੂਰ ਸ਼ਬਦ ਦਾ ਵਿਰੋਧੀ ਨਹੀਂ ਹੈ? ਸੋ ਦੂਰ ਸ਼ਬਦ ਇਹਨਾਂ ਵਿੱਚੋਂ ਵਿਰੋਧੀ ਜਿਹੜਾ ਨਹੀਂ ਹੈ ਉਹ ਹੈ ਸਾਹਮਣੇ। ਸੋ ਕਿਹੜਾ ਸ਼ਬਦ ਦੂਰ ਸ਼ਬਦ ਦਾ ਵਿਰੋਧੀ ਨਹੀਂ ਹੈ? ਸੋ ਨੇੜੇ, ਪਾਸ, ਸਾਹਮਣੇ, ਕੋਲ, ਇਹ ਚਾਰੋਂ ਹੀ ਸਮਾਨਾਰਥਕ ਨੇ। ਸੋ ਇੱਥੇ ਕੁਐਸਚਨ ਗਲਤ ਹੈ। ਸੋ ਚਾਰੋਂ ਹੀ ਸਮਾਨਾਰਥਕ ਨੇ।
ਕਿਹੜਾ ਸ਼ਬਦ ਕੰਡਾ ਸ਼ਬਦ ਦੇ ਬਹੁਅਰਥਕ ਵਜੋਂ ਨਹੀਂ ਵਰਤਿਆ ਜਾਂਦਾ? ਸੋ ਉਹ ਹੋ ਗਿਆ ਹੱਡੀ। ਤੱਕੜ, ਸੂਲ, ਕੰਡਾ, ਇਹ ਆਪਾਂ ਸਾਰੇ ਕੰਡਾ ਦੇ ਬਹੁਅਰਥਕ ਦੇ ਵਜੋਂ ਵਰਤਦੇ ਹਾਂ। ਜਿਹੜਾ ਸ਼ਬਦ ਕਿਸੇ ਨਾਮ ਦੀ ਥਾਂ 'ਤੇ ਵਰਤਿਆ ਜਾਂਦਾ ਉਹਨੂੰ ਕਹਿੰਦੇ ਹਾਂ ਪੜਨਾਂਵ। ਨਰ ਅਤੇ ਮਾਦਾ ਦੇ ਅੰਤਰ ਨੂੰ ਪੰਜਾਬੀ ਵਿਆਕਰਣ ਦੇ ਵਿੱਚ ਕੀ ਕਹਿੰਦੇ ਹਾਂ? ਲਿੰਗ ਭੇਦ। ਪੜਨਾਂਵ ਦੀਆਂ ਕੁੱਲ ਕਿਸਮਾਂ ਹੁੰਦੀਆਂ ਨੇ 6। ਅਰਥਾਂ ਦੇ ਆਧਾਰ 'ਤੇ ਵਿਸ਼ੇਸ਼ਣ ਦੀਆਂ ਜਿਹੜੀਆਂ ਕਿਸਮਾਂ ਨੇ ਉਹ ਹੋ ਗਈਆਂ ਟੋਟਲ ਆਪਣੇ ਕੋਲ 5। ਕਿਰਿਆ ਕਰਨ ਵਾਲੇ ਨੂੰ ਕਿਹਾ ਜਾਂਦਾ ਕਰਤਾ। ਰੂਪ ਦੇ ਪੱਖ ਤੋਂ ਸੰਬੰਧਕਾਂ ਦੀਆਂ ਕਿਸਮਾਂ ਕਿੰਨੀਆਂ ਸ਼੍ਰੇਣੀਆਂ ਹੁੰਦੀਆਂ ਨੇ? ਸੋ ਉਹ ਹੁੰਦੀਆਂ ਨੇ 2। ਹੈ ਹੈ ਇਹ ਕੀ ਹੋਇਆ ਵਾਕ ਵਿੱਚ ਇਹ ਕੀ ਹੈ? ਸੋ ਇਹ ਇੱਕ ਵਿਸਮਿਕ ਚਿੰਨ੍ਹ ਹੈ। ਭਾਸ਼ਾ ਦੀ ਛੋਟੀ ਤੋਂ ਛੋਟੀ ਸਾਰਥਕ ਇਕਾਈ ਨੂੰ ਕਿਹਾ ਜਾਂਦਾ ਹੈ? ਸੋ ਛੋਟੀ ਤੋਂ ਛੋਟੀ ਸਾਰਥਕ ਇਕਾਈ ਨੂੰ ਆਪਾਂ ਭਾਵਾਂਸ਼ ਕਹਿੰਦੇ ਹਾਂ, ਇਹ ਵੀ ਪੇਪਰ ਲਈ ਇੰਪੋਰਟੈਂਟ ਹੈ। ਵੱਡੀ ਤੋਂ ਵੱਡੀ ਵਿਆਕਰਨਿਕ ਇਕਾਈ ਨੂੰ ਆਪਾਂ ਕੀ ਕਹਿੰਦੇ ਹਾਂ? ਸੋ ਉਹਨੂੰ ਕਹਿੰਦੇ ਹਾਂ ਆਪਾਂ ਵਾਕ। ਗੁਰਮੁਖੀ ਲਿਪੀ 'ਚ ਟੋਟਲ 35 ਅੱਖਰ ਹੁੰਦੇ ਨੇ। ਗੇਂਦ ਸ਼ਬਦ ਉੱਤੇ ਬਿੰਦੀ ਲਗਾ ਦਾਂਗੇ ਤਾਂ ਇੱਕ ਸਹੀ ਸ਼ਬਦ ਬਣ ਜੂਗਾ। ਅੱਗੇ ਹੈ ਸ਼ੁਭ ਸ਼ਬਦ ਚੁਣੋ ਪੜ੍ਹਾਈ। ਗੁਰਮੁਖੀ ਲਿਖੀ ਲਿਪ ਗੁਰਮੁਖੀ ਲਿਪੀ ਵਿੱਚ ਕਿੰਨੀਆਂ ਲਗਾ ਮਾਤਰਾ? ਸੋ 10। ਮੂਲ ਸਵਰ ਕਿਹੜੇ ਨੇ? ਸੋ ਮੂਲ ਸਵਰ ਨੇ ਊੜਾ, ਐੜਾ, ਈੜੀ, ਜਿੱਥੋਂ ਸ਼ੁਰੂਆਤ ਹੁੰਦੀ ਹੈ 35 ਅੱਖਰੀ। ਜਿਹੜਾ ਸ਼ਬਦ ਜ਼ੁਲਮ ਦਾ ਸਮਾਨਾਰਥੀ ਹੈ? ਸੋ ਜ਼ੁਲਮ ਦਾ ਸਮਾਨਾਰਥੀ ਹੋ ਗਿਆ ਅੱਤਿਆਚਾਰ। ਪੁਰਖਵਾਚਕ ਪੜਨਾਂਵ ਦੀਆਂ ਟੋਟਲ ਕਿੰਨੀਆਂ ਕਿਸਮਾਂ ਹੁੰਦੀਆਂ ਨੇ? 3। ਪੰਜਾਬੀ ਵਿੱਚ ਸੰਖਿਆਵਾਚਕ ਵਿਸ਼ੇਸ਼ਣ ਦੇ ਕਿੰਨੇ ਰੂਪ ਮੰਨੇ ਗਏ ਨੇ? ਸੋ ਮੰਨੇ ਗਏ ਨੇ 6। ਸਸਰੰਗੀ ਸਹਾਇਕ ਮੁੱਖ ਕਿਰਿਆ ਕਿਸ ਦੇ ਰੂਪ ਨੇ? ਸੋ ਇਹ ਸਾਰੇ ਦੇ ਸਾਰੇ ਹੋ ਗਏ ਕਿਰਿਆ ਦੇ ਰੂਪ। ਉੱਤੋਂ ਬੀਬੀਆਂ ਦਾੜੀਆਂ ਵਿੱਚੋਂ ਕਾਲੇ ਕਾਂ ਅਖਾਣ ਦੀ ਵਰਤੋਂ ਕਿਸ ਸਮੇਂ ਕੀਤੀ ਜਾਂਦੀ ਹੈ? ਸੋ ਜਿਹੜਾ ਵੇਖਣ ਨੂੰ ਸ਼ਰੀਫ ਲੱਗੇ ਪਰ ਹੋਵੇ ਮਾੜਾ। ਸੋ ਉੱਥੇ ਆਪਾਂ ਇਹ ਅਖਾਣ ਦੀ ਵਰਤੋਂ ਕਰਦੇ ਹਾਂ। ਸੋ ਅਗਲਾ ਹੈ ਫੜਾ ਮਾਰਨੀਆਂ, ਗੱਪਾਂ ਮਾਰਨੀਆਂ। ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ? 5। ਪੋਠੋਹਾਰੀ ਕੀ ਹੈ? ਸੋ ਪੋਠੋਹਾਰੀ ਹੈ ਇੱਕ ਉਪਭਾਸ਼ਾ। ਸ਼ਬਦਾਂ ਸ਼ਬਦ ਰਚਨਾ ਅਨੁਸਾਰ ਸ਼ਬਦਾਂ ਦੀਆਂ 2 ਸ਼੍ਰੇਣੀਆਂ ਕਿਹੜੀਆਂ ਨੇ? ਸੋ ਮੂਲ ਤੇ ਰਚਿਤ। ਆਈ ਚਲਾਈ ਕਰਨੀ, ਜੋ ਕਮਾਉਣਾ ਸੋ ਖਾ ਲੈਣਾ। ਸ਼ੁੱਧ ਰੂਪ ਬੁੱਢਾ। ਬਿੰਦੀ ਕੀ ਹੈ? ਸੋ ਬਿੰਦੀ ਇਹਨਾਂ 'ਚੋਂ ਇੱਕ ਲਗਾਖਰ ਹੈ। ਕਿਰਿਆ ਵਿਸ਼ੇਸ਼ਣ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ? 8। ਪੜਨਾਮੀ ਵਿਸ਼ੇਸ਼ਣ ਚੁਣੋ, ਕੌਣ, ਠੀਕ, ਸਮਾਸੀ, ਇਹ ਹੋ ਗਿਆ ਹੱਕ ਲਾਭ। ਜਿਹੜਾ ਸ਼ਬਦ ਸਵਾਸੀ ਸ਼ਬਦ ਦਾ ਸਮਾਨਾਰਥਕ ਨਹੀਂ ਹੈ? ਸੋ ਉਹ ਹੋ ਗਿਆ ਇਹਨਾਂ 'ਚੋਂ ਚੇਲਾ, ਸਵਾਮੀ ਦਾ, ਸੋਰੀ, ਸਮਾਨਾਰਥਕ ਨਹੀਂ ਹੈ। ਲੈਂਦੀ ਕੀ ਹੈ? ਸੋ ਲੈਂਦੀ ਇੱਕ ਉਪਭਾਸ਼ਾ ਹੈ। ਆਦਰਸ਼ ਵਿਦਿਆਰਥੀ ਕਦੇ ਝੂਠ ਨਹੀਂ ਬੋਲਦਾ, ਵਾਕ ਦੀ ਕਿਹੜੀ ਕਿਸਮ ਹੈ? ਸੋ ਇਹ ਹੋ ਗਈ ਵਾਕ ਦੀ ਨਾ ਵਾਚਕ, ਨਹੀਂ ਆ ਗਿਆ ਇਹਦੇ 'ਚ। ਕਿਹੜੇ ਵਾਕਾਂਸ਼ ਵਿਸ਼ ਜਿਹੜੇ ਵਾਕਾਂਸ਼ ਵਿਸ਼ੇਸ਼ਣ ਦਾ ਕੰਮ ਕਰਦੇ ਨੇ? ਸੋ ਉਹਨਾਂ ਨੂੰ ਆਪਾਂ ਕਹਿੰਦੇ ਹਾਂ ਵਿਸ਼ੇਸ਼ਣੀ ਵਾਕਾਂਸ਼। ਜਿਸ ਸ਼ਬਦ ਤੋਂ ਕਾਲ ਸਹਿਤ ਕੁਝ ਕਰਨ ਹੋਣ ਵਾਪਰਨ ਦਾ ਪਤਾ ਲੱਗੇ ਉਹਨੂੰ ਕਹਿੰਦੇ ਹਾਂ ਆਪਾਂ ਕਿਰਿਆ। ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਆਪਾਂ ਕੀ ਕਹਿੰਦੇ ਹਾਂ? ਧੁਨੀ, ਇਹ ਵੀ ਇੰਪੋਰਟੈਂਟ ਹੈ। ਅਗਲਾ ਕੁਐਸਚਨ ਹੈ 356। ਜਿਹੜੇ ਸ਼ਬਦ ਵਾਕਾਂ ਵਾਕਾਂਸ਼ਾਂ ਜਾਂ ਸ਼ਬਦਾਂ ਨੂੰ ਇੱਕ ਦੂਜੇ ਨਾਲ ਜੋੜਦੇ ਨੇ ਉਹਨਾਂ ਨੂੰ ਕਹਿੰਦੇ ਹਾਂ ਯੋਜਕ। ਅਗਲਾ ਹੈ ਸ਼ੁੱਧ ਸ਼ਬਦ ਜੋੜ ਚੁਣੋ। ਸੋ ਇਹਨਾਂ ਦੇ ਵਿੱਚੋਂ ਸ਼ੁੱਧ ਸ਼ਬਦ ਜੋੜ ਹੋ ਗਿਆ ਬੁੱਧੀ। ਜਿਹੜੇ ਸ਼ਬਦ ਨਾਵਾਂ ਪੜਨਾਵਾਂ ਜਾਂ ਵਿਸ਼ੇਸ਼ਣਾਂ ਦਾ ਵਾਕ
ਦਾ ਬਾਕੀ ਸ਼ਬਦਾਂ ਨਾਲ ਸੰਬੰਧ ਸਪਸ਼ਟ ਕਰਦੇ ਨੇ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਸੰਬੰਧਕ ਇੰਪੋਰਟੈਂਟ। ਊਠ ਦੇ ਗਲ ਟੱਲੀ, ਦੀਵੇ ਥੱਲੇ ਹਨੇਰਾ, ਪੌਦੀ ਕੀ ਹੈ ਉਪਭਾਸ਼ਾ। ਪੜਨਾਮ ਹੁੰਦੇ ਨੇ 6 ਤਰ੍ਹਾਂ ਦੇ, ਅਰਥਾਂ ਦੇ ਆਧਾਰ ਤੇ ਵਿਸ਼ੇਸ਼ਣ ਦੀਆਂ ਸ਼੍ਰੇਣੀਆਂ ਹੁੰਦੀਆਂ ਨੇ 5। ਇੱਕ ਮੁੰਡਾ ਪੜ੍ਹਦਾ ਹੈ, ਇਹਦਾ ਸਹੀ ਸੰਬੰਧਕ ਰੂਪ ਚੁਣੋ। ਸੋ ਉਹ ਹੋ ਗਿਆ ਇੱਕ ਮੁੰਡੇ ਨੇ ਕਵਿਤਾ ਪੜ੍ਹੀ। ਜਿਸ ਕਿਰਿਆ ਨਾਲ ਕਰਮ ਦਾ ਆਉਣਾ ਜ਼ਰੂਰੀ ਹੋਵੇ ਉਹਨੂੰ ਆਪਾਂ ਕਹਿੰਦੇ ਹਾਂ ਸਕਰਮਕ। ਭਾਸ਼ਾ ਦੀ ਵੱਡੀ ਤੋਂ ਵੱਡੀ ਇਕਾਈ ਨੂੰ ਕੀ ਕਹਿੰਦੇ ਹਾਂ? ਸੋ ਵੱਡੀ ਤੋਂ ਵੱਡੀ ਇਕਾਈ ਨੂੰ ਕਹਿੰਦੇ ਹਾਂ ਵਾਕ। ਸਹੀ ਸ਼ਬਦ ਚੁਣ ਕੇ ਮੁਹਾਵਰਾ ਪੂਰਾ ਕਰੋ। ਜੰਗਲ ਵਿੱਚ ਮੰਗਲ ਹੋਣਾ। ਕਿਸੇ ਨੂੰ ਹਰਾ ਦਿੱਤਾ ਹੋਵੇ ਤਾਂ ਕਿਹੜਾ ਮੁਹਾਵਰਾ ਵਰਤਿਆ ਜਾਂਦਾ? ਦੰਦ ਖੱਟੇ ਕਰਨੇ। ਭਾਸ਼ਾ ਦੀ ਦ੍ਰਿਸ਼ਟੀ ਚੋਂ ਸੱਸਾ, ਹਹਾ, ਕੱਕਾ, ਖੱਕਾ, ਗੱਗਾ ਅੱਖਰ ਕੀ ਨੇ? ਸੋ ਸਾਰੇ ਦੇ ਸਾਰੇ ਹੋ ਗਏ ਵਿਅੰਜਨ। ਇਹਨਾਂ ਚੋਂ ਸਹੀ ਸ਼ਬਦ ਹੋ ਗਿਆ ਕਿਹਾ। ਪੋਠੋਹਾਰੀ ਕੀ ਹੈ? ਉਪਭਾਸ਼ਾ। ਵਿਸ਼ੇਸ਼ਣ ਦੀਆਂ ਹੁੰਦੀਆਂ ਨੇ ਟੋਟਲ 5 ਕਿਸਮਾਂ। ਸ਼ਬਦ ਰਚਨਾ ਤੋਂ ਕੀ ਭਾਵ ਹੈ? ਸੋ ਸ਼ਬਦ ਰਚਨਾ ਦਾ ਭਾਵ ਹੈ ਕਿਸੇ ਸ਼ਬਦ ਤੋਂ ਦੂਸਰੇ ਹੋਰ ਸ਼ਬਦ ਬਣਾਉਣਾ। ਅਗਿਆਨੀ ਉਤਪੰਨ ਸ਼ਬਦ ਵਿੱਚ ਮੂਲ ਸ਼ਬਦ ਕਿਹੜਾ ਹੈ? ਸੋ ਇੱਥੇ ਮੂਲ ਸ਼ਬਦ ਕੋਈ ਨਹੀਂ ਹੈ। ਸੋ ਇਹ ਇੰਪੋਰਟੈਂਟ ਹੈ ਪੇਪਰ ਲਈ। ਕਾਸ਼ ਮੈਂ ਤੁਹਾਡੀ ਸਹਾਇਤਾ ਕਰ ਸਕਦਾ। ਸੋ ਵਾਕ ਦੀ ਕਿਹੜੀ ਕਿਸਮ ਹੈ? ਤੁਸੀਂ ਇਹ ਦੇਖ ਸਕਦੇ ਹੋ, ਐਕਸਕਲਾਮੇਸ਼ਨ ਸਾਈਨ ਹੈ। ਸੋ ਇਹ ਹੋ ਗਿਆ ਵਿਸਮੈ ਵਾਚਕ। ਸ਼ਬਦ ਨੇ, ਨੂੰ ਅਤੇ ਦਾ ਕੀ ਨੇ? ਸੋ ਇਹ ਹੋ ਗਏ ਸੰਬੰਧਕ। ਵਾਕ ਦੇ ਮੁੱਖ ਹਿੱਸੇ ਕਿੰਨੇ ਹੁੰਦੇ ਨੇ? ਸੋ ਵਾਕ ਦੇ ਮੁੱਖ ਦੋ ਹੀ ਹਿੱਸੇ ਹੁੰਦੇ ਨੇ। ਅਗਲਾ ਕੁਐਸਚਨ ਹੈ 378, 378, ਜਿਹੜਾ ਵਾਕਾਂਸ਼ ਕਿਸੇ ਨਾਮ ਦੀ ਥਾਂ ਆਏ ਉਹਨੂੰ ਕੀ ਕਹਿੰਦੇ ਹਾਂ? ਸੋ ਉਹਨੂੰ ਆਪਾਂ ਕਹਿੰਦੇ ਹਾਂ ਨਾਮ ਵਾਕਾਂਸ਼। ਇੱਕ ਅਨਾਰ 100 ਬਿਮਾਰ, ਊਠ ਤੋਂ ਛਾਣ ਲਈ ਲਾਇਆ ਭਾਠ ਹੌਲਾ, ਭਾਰ ਹੌਲਾ ਨਹੀਂ ਹੁੰਦਾ। ਮਾਝੀ ਕਿਸ ਖੇਤਰ ਵਿੱਚ ਬੋਲੀ ਜਾਂਦੀ ਹੈ? ਸੋ ਮਾਝੀ ਬੋਲੀ ਜਾਂਦੀ ਹੈ ਅੰਮ੍ਰਿਤਸਰ, ਗੁਰਦਾਸਪੁਰ। ਉਹ ਵਿਚਾਰਾ ਐਵੇਂ ਮਾਰਿਆ ਗਿਆ। ਵਿਸ਼ੇਸ਼ਣ ਕੀ ਹੈ? ਸੋ ਇੱਥੇ ਵਿਸ਼ੇਸ਼ਣ ਹੈ ਵਿਚਾਰਾ। ਕਿਰਿਆ ਕਰਨ ਵਾਲੇ ਨੂੰ ਪੰਜਾਬੀ ਵਿੱਚ ਕੀ ਕਹਿੰਦੇ ਨੇ? ਕਰਤਾ। ਨੌਕਰਾਣੀ ਨੇ ਕੜਾਹੀ ਮਾਂਜਣੀ ਹੈ, ਸੰਬੰਧਕ ਕੀ ਹੈ? ਸੋ ਇਹਦੇ ਵਿੱਚ ਸੰਬੰਧਕ ਹੋ ਗਿਆ ਨੇ। ਵੈਰੀ ਵੈਰੀ ਇੰਪੋਰਟੈਂਟ। ਸੋ ਲਾਸਟ ਆਪਣਾ ਓਬਜੈਕਟਿਵ ਟਾਈਪ ਕੁਐਸਚਨ ਹੈ। ਸੋ ਇਸ ਤੋਂ ਬਾਅਦ ਮੁਹਾਵਰੇ ਕਰਨੇ ਆਪਾਂ ਨੇ 200 ਤੋਂ ਜ਼ਿਆਦਾ। ਸੋ ਜਿਹੜਾ ਅੱਜ ਦਾ ਇਹ ਲੈਕਚਰ ਹੈ, ਦਿਸ ਇਜ਼ ਗੋਇੰਗ ਟੂ ਬੀ ਵੈਰੀ ਵੈਰੀ ਇੰਪੋਰਟੈਂਟ। ਆਈ ਐਮ ਰਿਪੀਟਿੰਗ ਅਗੇਨ ਐਂਡ ਅਗੇਨ, ਕੋਈ ਵੀ ਪੇਪਰ ਹੈ ਤੁਹਾਨੂੰ ਜਿੱਥੇ ਕੋਈ ਪੰਜਾਬੀ ਵਿਆਕਰਣ ਦੇ ਕੁਐਸਚਨ ਆਉਣੇ ਨੇ, ਇਹਨਾਂ ਦੇ ਵਿੱਚੋਂ ਡੈਫੀਨੇਟਲੀ 100% ਕੁਐਸਚਨ ਦੇਖਣ ਨੂੰ ਮਿਲਣਗੇ। ਸੋ ਲਾਸਟ ਕੁਐਸਚਨ ਹੈ, ਮੋਹਨ ਤੇਜ਼ ਦੌੜਦਾ ਹੈ, ਵਾਕ ਵਿੱਚ ਕਿਰਿਆ ਵਿਸ਼ੇਸ਼ਣ ਸੁਣੋ। ਸੋ ਉਹ ਹੈ ਤੇਜ਼। ਸੋ ਸਭ ਤੋਂ ਪਹਿਲਾਂ ਆਪਾਂ ਕੁਝ ਇੰਪੋਰਟੈਂਟ ਫੈਕਟਸ ਦੇਖਾਂਗੇ। ਇਹ ਫੈਕਟਸ ਮੈਂ ਤਾਂ ਪ੍ਰੋਵਾਈਡ ਕਰਵਾ ਰਹੀ ਹਾਂ ਕਿਉਂਕਿ ਹੁਣ ਆਪਾਂ ਨੂੰ ਪਤਾ ਪੰਜਾਬ ਸਰਕਾਰ ਨੇ ਅਨਾਊਂਸ ਕੀਤਾ ਕਿ ਗਰੁੱਪ ਸੀ ਡੀ ਸਟਾਫ ਦੇ ਜਿੰਨੇ ਪੇਪਰ ਹੋਣਗੇ ਉਹਦੇ ਲਈ ਆਪਾਂ ਨੂੰ ਅਲੱਗ ਤੋਂ 50% ਮਾਰਕਸ ਲੈ ਕੇ ਪੰਜਾਬੀ ਲੈਂਗੁਏਜ ਦਾ ਪੇਪਰ ਕੁਆਲੀਫਾਈ ਕਰਨਾ ਪਊ। ਸੋ ਹੁਣ ਆਪਣਾ ਫਰਜ਼ ਬਣਦਾ ਕਿ ਆਪਾਂ ਪੰਜਾਬੀ ਭਾਸ਼ਾ ਨੂੰ ਹੋਰ ਬਰੀਕੀ ਨਾਲ ਤਿਆਰ ਕਰੀਏ। ਸੋ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਕਿ ਮੁਹਾਵਰਾ ਕਿਹੜੀ ਭਾਸ਼ਾ ਦਾ ਸ਼ਬਦ ਹੈ। ਸੋ ਮੁਹਾਵਰਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਹਦਾ ਮਤਲਬ ਹੈ ਖਾਸ ਤਰੀਕੇ ਨਾਲ ਗੱਲ ਕਰ। ਮੁਹਾਵਰਾ ਸ਼ਬਦਾਂ ਦਾ ਸਮੂਹ ਹੁੰਦਾ ਜਿਸਦੇ ਸ਼ਬਦ ਅਰਥਾਂ ਨੂੰ ਮਹੱਤਵ ਨਾ ਦਿੰਦੇ ਹੋਏ ਭਾਵ ਅਰਥਾਂ ਨੂੰ ਮਹੱਤਵ ਦਿੱਤਾ ਜਾਂਦਾ ਹੈ।
ਮੁਹਾਵਰੇ ਨੂੰ ਸੁਤੰਤਰ ਤੌਰ ਤੇ ਨਹੀਂ ਵਰਤਿਆ ਜਾ ਸਕਦਾ। ਕੱਲਾ ਆਪਾਂ ਮੁਹਾਵਰਾ ਕਦੇ ਨਹੀਂ ਵਰਤਦੇ, ਉਹਨੂੰ ਇੱਕ ਵਾਕ ਵਿੱਚ ਵਰਤਦੇ ਹਾਂ। ਇਹ ਵੀ ਇੰਪੋਰਟੈਂਟ ਚੀਜ਼ ਤੁਸੀਂ ਯਾਦ ਰੱਖਣੀ ਹੈ। ਮੁਹਾਵਰੇ ਦੀ ਵਾਕ ਵਰਤੋਂ ਵੇਲੇ ਲਿੰਗ, ਵਚਨ, ਕਾਰ, ਕਿਰਿਆ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ। ਮੁਹਾਵਰੇ ਦੀ ਵਰਤੋਂ ਇੱਕ ਵਾਕ ਵਿੱਚ ਹੀ ਕੀਤੀ ਜਾ ਸਕਦੀ ਹੈ। ਸੋ ਹੁਣ ਆਪਾਂ ਸਟਾਰਟ ਕਰਦੇ ਹਾਂ, ਇੱਕ ਪਾਸੇ ਨੇ ਮੁਹਾਵਰੇ, ਦੂਜੇ ਪਾਸੇ ਉਹਨਾਂ ਦਾ ਮੀਨਿੰਗ, ਕਿਉਂਕਿ ਪੇਪਰ ਵਿੱਚ ਤੁਹਾਨੂੰ ਇਸੇ ਤਰ੍ਹਾਂ ਆਪਸ਼ਨਸ ਦੇ ਵਿੱਚ ਸਿਰਫ ਮੀਨਿੰਗ ਹੀ ਚੂਜ਼ ਕਰਨਾ ਹੁੰਦਾ ਹੈ। ਸੋ ਫਸਟ ਹੈ, ਪਹਿਲਾ ਹੈ ਉਸਤਾਦੀ ਕਰਨੀ। ਉਸਤਾਦੀ ਕਰਨਾ ਆਪਾਂ ਮੁਹਾਵਰਾ ਵਰਤਦੇ ਹਾਂ ਜਦੋਂ ਆਪਾਂ ਨੇ ਗੱਲ 'ਚ ਕਹਿਣਾ ਹੋਵੇ ਕਿ ਕੋਈ ਆਪਣੇ ਨਾਲ ਚਲਾਕੀ ਕਰ ਰਿਹਾ। ਸੋ ਉਸਤਾਦੀ ਕਰਨੀ ਦਾ ਮਤਲਬ ਹੈ ਚਲਾਕੀ ਕਰਨੀ। ਉਂਗਲ ਕਰਨੀ, ਕਿਸੇ 'ਚ ਕੋਈ ਨੁਕਸ ਕੱਢਣਾ, ਕੋਈ ਦੋਸ਼ ਲਾਉਣੇ। ਉੱਗ ਸੁੱਗ ਮਿਲਣਾ, ਕਿਸੇ ਦੀ ਜਾਣਕਾਰੀ ਮਿਲਣੀ, ਪਤਾ ਲੱਗਣਾ। ਉੱਚਾ ਨੀਵਾਂ ਬੋਲਣਾ, ਕਿਸੇ ਨੂੰ ਘੱਟ ਵੱਧ ਬੋਲਣਾ, ਕਿਸੇ ਨੂੰ ਚੰਗਾ ਮੰਦਾ ਬੋਲਣਾ। ਉਮਰ ਭਰ ਦੀਆਂ ਰੋਟੀਆਂ ਕਮਾਉਣੀਆਂ, ਵਧੇਰੇ ਕਮਾਈ ਕਰਨੀ। ਉੱਲੂ ਸਿੱਧਾ ਕਰਨਾ, ਇਹਦਾ ਮਤਲਬ ਹੁੰਦਾ ਸਵਾਰਥੀ ਮਤਲਬੀ ਹੋਣਾ, ਆਪਣਾ ਮਤਲਬ ਕੱਢਣਾ, ਸੈਲਫਿਸ਼। ਉੱਲੂ ਬੋਲਣੇ, ਉਜਾੜ ਸੁਨਸਾਨ ਜਿੱਥੇ ਕੋਈ ਵਸੋ ਨਾ ਹੋਵੇ, ਕੋਈ ਰਹਿੰਦਾ ਨਾ ਹੋਵੇ, ਉੱਥੇ ਆਪਾਂ ਕਹਿੰਦੇ ਹਾਂ ਕਿ ਉਰੇ ਉੱਲੂ ਬੋਲਦੇ ਨੇ। ਉੱਲੂ ਬਣਾਉਣਾ, ਮੂਰਖ ਬਣਾਉਣਾ, ਕਿਸੇ ਨੂੰ ਪਾਗਲ ਬਣਾਉਣਾ। ਊਠ ਤੇ ਮੂੰਹ ਜੀਰਾ ਦੇਣਾ, ਬਹੁਤ ਖਾਣ ਵਾਲੇ ਨੂੰ ਜ਼ਰਾ ਜਿੰਨੀ ਚੀਜ਼ ਦੇਣੀ। ਸੋ ਆਪਾਂ ਨੂੰ ਪਤਾ ਕਿ ਊਠ ਕਿੱਡਾ ਵੱਡਾ ਹੁੰਦਾ, ਉਹਨੂੰ ਜੀਰਾ ਦੇਣਾ, ਇਹ ਇੱਕ ਤਰੀਕੇ ਨਾਲ ਤੰਜ ਕਸਿਆ ਜਾ ਰਿਹਾ ਕਿ ਬਹੁਤ ਜ਼ਿਆਦਾ ਖਾਣ ਵਾਲੇ ਇਨਸਾਨ ਨੂੰ, ਜਿਹਨੂੰ ਜ਼ਿਆਦਾ ਜਿਵੇਂ ਭੁੱਖ ਲੱਗਦੀ ਹੈ, ਉਹਨੂੰ ਆਪਾਂ ਥੋੜ੍ਹੀ ਜਿਹੀ ਚੀਜ਼ ਦਈਏ ਅਤੇ ਮਜ਼ਾਕ ਉਡਾਉਣ ਦੀ ਗੱਲ ਕਰੀਏ। ਸੋ ਇਹ ਵੀ ਬਾਰ ਬਾਰ ਪੇਪਰਾਂ 'ਚ ਪੁੱਛਿਆ ਜਾਂਦਾ, ਦਿਸ ਇਜ਼ ਵੈਰੀ ਇੰਪੋਰਟੈਂਟ। ਅਕਲ 'ਤੇ ਪਰਦਾ ਪੈਣਾ, ਮੱਤ ਮਾਰੀ ਜਾਣੀ, ਅੱਖ ਲੱਗਣੀ, ਸੌ ਜਾਣਾ, ਅੱਖ ਮਾਰਨਾ, ਇਸ਼ਾਰਾ ਕਰਨਾ, ਅੱਖਾਂ ਮਿਟ ਜਾਣਾ, ਮੌਤ ਹੋ ਜਾਣੀ, ਅੱਖਾਂ 'ਚ ਘੱਟਾ ਪਾਉਣਾ, ਧੋਖਾ ਦੇਣਾ, ਅੱਖਾਂ ਫੇਰ ਲੈਣੀਆਂ, ਬਦਲ ਜਾਣਾ, ਅੱਖਾਂ ਵਿੱਚ ਰੜਕਣਾ, ਕੋਈ ਆਪਾਂ ਨੂੰ ਬੁਰਾ ਲੱਗ ਰਿਹਾ, ਅੱਗ ਦੇ ਭਾਅ ਹੋਣਾ, ਬਹੁਤ ਜ਼ਿਆਦਾ ਕੋਈ ਚੀਜ਼ ਮਹਿੰਗੀ ਹੋ ਜੇ, ਬਹੁਤ ਮਹਿੰਗਾ ਹੋਣਾ, ਅੱਜ ਕੱਲ੍ਹ ਕਰਨਾ, ਟਾਲ ਮਟੋਲ ਕਰਨੀ, ਆਪਾਂ ਕਿਸੇ ਨੂੰ ਲਾਰੇ ਲਾ ਰਹੇ ਹਾਂ, ਇੱਕ ਅੱਖ ਨਾਲ ਵੇਖਣਾ, ਸਾਰਿਆਂ ਨੂੰ ਬਰਾਬਰ ਸਮਝਣਾ। ਇਹ ਆਪਾਂ ਆਮ ਤੌਰ 'ਤੇ ਸੁਣਦੇ ਆਉਂਦੇ ਹਾਂ, ਜਿਵੇਂ ਮਹਾਰਾਜਾ ਰਣਜੀਤ ਸਿੰਘ ਸਾਰਿਆਂ ਨੂੰ ਇੱਕ ਅੱਖ ਨਾਲ ਵੇਖਦੇ ਸੀ। ਇਹਦਾ ਮਤਲਬ ਹੈ ਕੋਈ ਭੇਦਭਾਵ ਨਹੀਂ ਕਰਦੇ, ਕੋਈ ਛੋਟੇ ਵੱਡੇ ਕਿਸੇ ਜਾਤ ਪਾਤ ਵਿੱਚ, ਸਾਰਿਆਂ ਨੂੰ ਬਰਾਬਰ ਸਮਝਣਾ, ਇਕੁਐਲਿਟੀ ਦੇ ਨਾਲ ਰਹਿਣਾ। ਇੱਟ ਕੁੱਤੇ ਦਾ ਵੈਰ ਹੋਣਾ, ਪੱਕੀ ਦੁਸ਼ਮਣੀ। ਇੱਟ ਨਾਲ ਇੱਟ ਖੜਕਾਉਣਾ, ਪੂਰੀ ਤਰ੍ਹਾਂ ਤਬਾਹ ਨਸ਼ਟ ਕਰ ਦੇਣਾ, ਇਹ ਜ਼ਿਆਦਾਤਰ ਜਦੋਂ ਕੋਈ ਲੜਾਈ ਦੀ ਗੱਲ ਹੁੰਦੀ ਹੈ, ਜਿਵੇਂ ਬਾਬਰ ਦੀ ਕਿਸੇ ਨਾਲ ਲੜਾਈ ਹੋਈ, ਉਹਨੇ ਉਹਦੀ ਇੱਟ ਨਾਲ ਇੱਟ ਖੜਕਾਤੀ। ਸੋ ਆਪਾਂ ਕਾਫੀ ਵਾਰੀ ਜਿੰਨੀਆਂ ਵੀ ਹਿਸਟੋਰੀਕਲ ਲੜਾਈਆਂ ਹੁੰਦੀਆਂ ਨੇ ਉਹਨਾਂ ਦੇ ਵਿੱਚ ਸੁਣਦੇ ਆਉਂਦੇ ਹਾਂ। ਇੱਲ ਦੀ ਨਜ਼ਰ ਰੱਖਣੀ, ਬਹੁਤ ਤੇਜ਼ ਨਜ਼ਰ ਰੱਖਣਾ। ਈਦ ਦਾ ਚੰਨ ਹੋਣਾ, ਜੋ ਬਹੁਤ ਦੇਰ ਬਾਅਦ ਮਿਲਦਾ, ਸਾਹ ਸੁੱਕ ਜਾਣਾ, ਘਬਰਾ ਜਾਣਾ, ਡਰ ਜਾਣਾ, ਸਿਰ ਸੁਆ ਪਾਉਣੀ, ਬਦਨਾਮੀ ਕਰਵਾਉਣੀ, ਸਿਰ 'ਤੇ ਹੱਥ ਰੱਖਣਾ, ਕਿਸੇ ਨੂੰ ਤੁਸੀਂ ਸਹਾਰਾ ਦੇ ਰਹੇ ਹੋ, ਸਿਰ ਤਲੀ 'ਤੇ ਧਰਨਾ, ਜਾਨ ਦੀ ਪਰਵਾਹ ਨਾ ਕਰਨੀ, ਸਿਰ 'ਤੇ ਚੁੱਕਣਾ, ਕਿਸੇ ਦਾ ਬਹੁਤ ਆਦਰ ਮਾਣ ਕਰਨਾ, ਸਤਿਕਾਰ ਕਰਨਾ, ਸਿੱਧੇ ਮੂੰਹ ਗੱਲ ਨਾ ਕਰਨੀ, ਹੰਕਾਰੇ ਫਿਰਨਾ, ਕਿਸੇ ਨੂੰ ਸਿੱਧੇ ਮੂੰਹ ਨਾ ਬੁਲਾਉਣਾ, ਹੱਥ ਮਲਣਾ, ਪਛਤਾਉਣਾ, ਰਿਗਰੈਟ ਕਰਨਾ, ਹਜ਼ਾਮਤ ਕਰਨਾ, ਠੱਗਣਾ, ਹੱਡਾਂ ਦਾ ਸੁੱਚਾ ਹੋਣਾ, ਅਰੋਗ ਹੋਣਾ, ਸਿਹਤਮੰਦ ਹੋਣਾ, ਇਹ ਵੀ ਕਾਫੀ ਇੰਪੋਰਟੈਂਟ ਹੈ ਪੇਪਰ ਲਈ। ਹੱਥ ਤੰਗ ਹੋਣਾ, ਪੈਸੇ ਦੀ ਘਾਟ ਹੋਣੀ, ਗਰੀਬੀ ਹੋਣੀ, ਹੱਥ ਪੀਲੇ ਕਰਨਾ, ਕਿਸੇ ਦਾ ਵਿਆਹ ਕਰਨਾ ਸਪੈਸ਼ਲੀ ਵਰਤਿਆ ਜਾਂਦਾ ਜਦੋਂ ਆਪਾਂ ਧੀ ਦਾ ਵਿਆਹ ਕਰਨ ਦੀ ਗੱਲ ਕਰਦੇ ਹਾਂ। ਹਰਨ ਹੋ ਜਾਣਾ, ਭੱਜ ਜਾਣਾ, ਕਸਰ ਖਾਣੀ, ਨੁਕਸਾਨ ਸਹਿਣਾ, ਕੱਚਾ ਹੋਣਾ, ਸ਼ਰਮਸਾਰ ਹੋਣਾ, ਕੱਛਾ ਵਜਾਉਣੀਆਂ, ਬਹੁਤ ਖੁਸ਼ ਹੋਣਾ, ਕੰਨ ਕਰਨਾ, ਧਿਆਨ ਦੇਣਾ, ਕੰਨਾਂ ਨੂੰ ਹੱਥ ਲਾਣੇ, ਤੌਬਾ ਕਰਨੀ, ਕਿਸਮਤ ਖੁੱਲਣੀ, ਚੰਗੇ ਦਿਨ ਆਉਣੇ, ਕੁੱਤੇ ਦੀ ਮੌਤ ਮੰਨਣਾ, ਬਹੁਤ ਬੁਰੀ ਮੌਤ ਮੰਨਣਾ, ਖੰਡ ਖੀਰ ਹੋਣਾ, ਇਕੱਠਿਆਂ ਰਹਿਣਾ, ਇਹ ਵੀ ਰੀਸੈਂਟਲੀ ਇੱਕ ਪੇਪਰ 'ਚ ਆਇਆ ਹੈ, ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ। ਖਾਰ ਖਾਣੀ, ਕਿਸੇ ਦੇ ਲਈ ਤੁਸੀਂ ਦੁਏਸ਼, ਈਰਖਾ ਆਪਣੇ ਮਨ 'ਚ ਰੱਖਦੇ ਹੋ, ਸੋ ਈਰਖਾ ਕਰਨੀ, ਖੇ ਪਾਉਣੀ, ਬਦਨਾਮੀ ਕਰਵਾਉਣੀ,
ਖੇ ਛਾਨਣੀ, ਵਿਹਲੇ ਫਿਰਨਾ, ਗੰਢ ਲੈਣਾ, ਆਪਣੇ ਵੱਲ ਕਰ ਲੈਣਾ, ਇਹ ਵੀ ਕਾਫੀ ਇੰਪੋਰਟੈਂਟ ਹੈ ਪੇਪਰ ਲਈ। ਉਸ ਤੋਂ ਬਾਅਦ ਹੈ ਗਦਗਦ ਹੋਣਾ, ਬਹੁਤ ਖੁਸ਼ ਹੋਣਾ, ਗੁੱਡੀ ਚੜ੍ਹਨੀ, ਤਰੱਕੀ ਹੋਣਾ, ਗਰੀਬ ਮਾਰ ਕਰਨੀ, ਗਰੀਬਾਂ 'ਤੇ ਜ਼ੁਲਮ ਕਰਨਾ, ਵਧੀਕੀ ਕਰਨੀ, ਘਰ ਕਰਨਾ, ਅਸਰ ਕਰਨਾ, ਜਿਵੇਂ ਆਪਾਂ ਕਹਿੰਦੇ ਹਾਂ ਇਹ ਗੱਲ ਮੇਰੇ ਘਰ ਕਰ ਗਈ, ਮਤਲਬ ਆਪਣੇ ਉੱਤੇ ਕੋਈ ਚੀਜ਼ ਜਦੋਂ ਅਸਰ ਕਰਦੀ ਹੈ, ਘਿਓ ਖਿਚੜੀ ਹੋਣਾ, ਪੂਰੀ ਤਰ੍ਹਾਂ ਘੁਲ ਮਿਲ ਜਾਣਾ, ਘਿਓ ਦੇ ਦੀਵੇ ਬਾਲਣੇ, ਬਹੁਤ ਖੁਸ਼ੀ ਮਨਾਉਣੀ, ਚਲਾਣਾ ਕਰ ਜਾਣਾ, ਮੌਤ ਹੋ ਜਾਣੀ, ਚਿਹਰਾ ਉੱਡ ਜਾਣਾ, ਘਬਰਾ ਜਾਣਾ, ਚਾਦਰ ਪਾਉਣੀ, ਵਿਧਵਾ ਨਾਲ ਵਿਆਹ ਕਰਾਉਣਾ, ਇਹ ਵੀ ਕਾਫੀ ਇੰਪੋਰਟੈਂਟ ਹੈ। ਚਾਂਦੀ ਦੀ ਜੁੱਤੀ ਮਾਰਨੀ, ਰਿਸ਼ਵਤ ਦੇਣੀ, ਚਾਦਰ ਵੇਖ ਕੇ ਪੈਰ ਪਸਾਰਨੇ, ਵਿੱਤ ਅਨੁਸਾਰ ਆਪਣੀ ਜਿੰਨੀ ਵਿੱਤ ਹੈ ਉਹਦੇ ਅਨੁਸਾਰ ਖਰਚਾ ਕਰਨਾ, ਚਿੱਕੜ ਸੁੱਟਣਾ, ਦੋਸ਼ ਲਾਉਣਾ, ਚਿਹਰਾ ਉਤਰਿਆ ਹੋਣਾ, ਘਬਰਾਏ ਹੋਣਾ, ਉਦਾਸ ਹੋਣਾ, ਛਾਈ ਮਾਈ ਹੋਣਾ, ਅਲੋਪ ਹੋ ਜਾਣਾ, ਭੱਜ ਜਾਣਾ, ਛਾਪਾ ਮਾਰਨਾ, ਅਚਨਚੇਤ ਆਉਣਾ, ਛਿੱਕੇ ਉੱਤੇ ਟੰਗਣਾ, ਪਰਵਾਹ ਨਾ ਕਰਨੀ, ਫਿਲ ਲਾਣੀ, ਲੁੱਟਣਾ, ਜ਼ਫ਼ਰ ਜਲਣੇ, ਮੁਸੀਬਤਾਂ ਸਹਾਰਨੀਆਂ, ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ, ਜ਼ੁਬਾਨ ਫੇਰ ਲੈਣਾ, ਮੁੱਕਰ ਜਾਣਾ, ਜਾਨ 'ਤੇ ਖੇਡਣਾ, ਬਹੁਤ ਮੁਸ਼ਕਿਲ ਨਾਲ ਕੰਮ ਕਰਨਾ, ਜਾਨ ਤਲੀ 'ਤੇ ਧਰਨਾ, ਜਾਨ ਖਤਰੇ ਵਿੱਚ ਪਾਉਣੀ, ਜਾਨ ਮਾਰਨਾ, ਸਖ਼ਤ ਮਿਹਨਤ ਕਰਨੀ, ਭੁੱਗਾ ਚੌੜ ਹੋਣਾ, ਆਰਥਿਕ ਤੌਰ 'ਤੇ ਤਬਾਹ ਹੋਣਾ, ਝੋਲੀ ਚੁੱਕਣਾ, ਚਾਪਲੂਸੀ ਕਰਨਾ, ਟਕੇ ਵਰਗਾ ਜਵਾਬ ਦੇਣਾ, ਸਾਫ਼ ਕੋਰੀ ਨਾ ਕਰ ਦੇਣੀ, ਟੰਗ ਅੜਾਉਣੀ, ਬੇਲੋੜਾ ਦਖਲ ਦੇਣਾ, ਰੁਕਾਵਟ ਪਾਉਣੀ, ਕਿਸੇ ਦੇ ਵਿੱਚ ਇੰਟਰਫੇਰੈਂਸ, ਬੇਸਿਕਲੀ ਟਰ ਟਰ ਕਰਨਾ, ਵਧੇਰੇ ਬੋਲਣਾ, ਠੰਡੀਆਂ ਛਾਵਾਂ ਮਾਨਣਾ, ਸੁੱਖ ਭੋਗਣਾ, ਠਣ ਠਣ ਗੋਪਾਲ, ਪੱਲੇ ਕੁਝ ਨਾ ਹੋਣਾ, ਟੁੱਠ ਵਿਖਾਉਣਾ ਨਾ ਕਰਨੀ, ਠੋਕ ਬਚਾ ਕੇ ਲੈਣਾ, ਤਸੱਲੀ ਕਰਕੇ ਲੈਣਾ, ਡਕਾਰ ਜਾਣਾ, ਹੜਪ ਕਰ ਜਾਣਾ, ਡੰਡੇ ਵਜਾਉਣਾ, ਵਿਹਲੇ ਫਿਰ, ਡੁੱਬਦੀ ਬੇੜੀ ਪਾਰ ਲਾਉਣਾ, ਇਹਦਾ ਮਤਲਬ ਹੈ ਡੁੱਬਦੀ ਬੇੜੀ ਪਾਰ ਲਾਉਣਾ, ਮੁਸੀਬਤ ਤੋਂ ਬਚਾਉਣਾ, ਢਾਈ ਦਿਨ ਦੀ ਬਾਦਸ਼ਾਹੀ, ਥੋੜ੍ਹੇ ਦਿਨ ਦਾ ਤੁਹਾਨੂੰ ਕੋਈ ਰੁਤਬਾ, ਅਧਿਕਾਰ, ਕੋਈ ਪੁਜ਼ੀਸ਼ਨ ਮਿਲ ਰਹੀ ਹੈ, ਉੱਥੇ ਵਰਤਿਆ ਜਾਂਦਾ ਢਾਈ ਦਿਨ ਦੀ ਬਾਦਸ਼ਾਹੀ, ਢਿੱਡ ਪਾਲਣਾ, ਗੁਜ਼ਾਰਾ ਕਰਨਾ, ਢਿੱਡ ਵਿੱਚ ਚੂਹੇ ਨੱਚਣਾ, ਬਹੁਤ ਭੁੱਖ ਲੱਗਣੀ, ਢਿੱਡ ਵਿੱਚ ਰੱਖਣਾ, ਕਿਸੇ ਗੱਲ ਨੂੰ ਆਪਣੇ ਤੱਕ ਰੱਖਣਾ, ਕਿਸੇ ਗੱਲ ਦਾ ਭੇਤ ਰੱਖਣਾ, ਢਿੱਡੀ ਪੀੜਾ ਪੈਣੀਆਂ, ਬਹੁਤ ਹੱਸਣਾ, ਤੰਗ ਹੋ ਜਾਣਾ, ਰੁੱਸ ਜਾਣਾ, ਤੀਲੀ ਲਾਉਣੀ, ਕਿਸੇ ਨੂੰ ਭੜਕਾਉਣਾ, ਤਲਵਾਰ 'ਤੇ ਘਾਟ ਉਤਾਰਨਾ, ਮਾਰ ਸੁੱਟਣਾ, ਤਾਰੇ ਤੋੜਨੇ, ਅਸੰਭਵ ਕੰਮ ਕਰਨੇ, ਫੋਕੀਆਂ ਫੜਾ ਮਾਰਨੀਆਂ ਵੀ ਆਪੇ ਦੇ ਲਈ ਕਹਿ ਦਿੰਦੇ ਹਾਂ, ਤਾੜੀ ਲਾਉਣੀ, ਸਮਾਧੀ ਲਾਉਣੀ, ਤਾਕ ਵਿੱਚ ਰਹਿਣਾ, ਮੌਕੇ ਦੀ ਤਾੜ ਵਿੱਚ ਰਹਿਣਾ, ਮੌਕੇ ਦੀ ਭਾਲ ਵਿੱਚ ਰਹਿਣਾ, ਤਿੱਤਰ ਹੋ ਜਾਣਾ, ਭੱਜ ਜਾਣਾ, ਤੀਰ ਹੋ ਜਾਣਾ ਵੀ ਭੱਜ ਜਾਣਾ ਹੁੰਦਾ, ਤੋਤੇ ਉੱਡਣੇ, ਘਬਰਾ ਜਾਣਾ, ਡਰ ਜਾਣਾ, ਥਰ ਥਰ ਕੰਬਣਾ, ਘਬਰਾ ਜਾਣਾ, ਥਾਪੀ ਦੇਣਾ ਕਿਸੇ ਨੂੰ ਤੁਸੀਂ ਹੌਸਲਾ ਦੇ ਰਹੇ ਹੋ, ਦੰਦ ਕੱਢਣਾ, ਹੱਸੀ ਜਾਣਾ, ਥੁੱਕ ਕੇ ਚੱਟਣਾ, ਵਾਅਦੇ ਜਾਂ ਇਕਰਾਰ ਤੋਂ ਮੁੱਕਣਾ, ਕਹਿ ਕੇ ਕੋਈ ਗੱਲ ਤੋਂ ਤੁਸੀਂ ਜਦੋਂ ਮੁੱਕ ਦਿਓ, ਦੰਦ ਖੱਟੇ ਕਰਨੇ, ਹਰਾਉਣਾ, ਦੰਦ ਵਚਣਾ, ਠੰਡ ਲੱਗਣੀ, ਦੰਦ ਪੀਣੇ, ਗੁੱਸਾ ਕਰਨਾ, ਵਾਸਤੇ ਪਾਉਣੇ, ਕਿਸੇ ਦੀਆਂ ਮਿੰਨਤਾਂ ਤਰਲੇ ਕਰਨੇ, ਦਿਲ ਖੱਟਾ ਹੋਣਾ, ਕਿਸੇ ਤੋਂ ਘਿਣਾ ਹੋਣੀ, ਦੁੱਧ ਦਾ ਉਬਾਲ ਹੋਣਾ, ਜਿਹਨੂੰ ਸਿਰਫ ਥੋੜੇ ਸਮੇਂ ਲਈ ਹੀ ਗੁੱਸਾ ਆਉਂਦਾ ਹੋਵੇ, ਦੂਰੋਂ ਮੱਥਾ ਟੇਕਣਾ, ਇਹ ਆਪਾਂ ਉਹ ਬੰਦੇ ਲਈ ਵਰਤਦੇ ਹਾਂ ਜਿਹਦੇ ਬਾਰੇ ਆਪਾਂ ਨੂੰ ਪਤਾ ਹੈ ਕਿ ਉਹ ਬੰਦਾ ਬੁਰਾ ਹੈ ਅਤੇ ਆਪਾਂ ਉਹਦੇ ਮੂੰਹ ਨਹੀਂ ਲੱਗਣਾ ਚਾਹੁੰਦੇ, ਸੋ ਦੂਰੋਂ ਮੱਥਾ ਟੇਕਣਾ, ਬੁਰੇ ਬੰਦੇ ਕੋਲੋਂ ਦੂਰ ਰਹਿਣਾ, ਧਰਮ ਨਿਭਾਉਣਾ, ਆਪਣੀ ਫਰਜ਼ਾਂ ਦੀ ਪਾਲਣਾ ਕਰਨੀ, ਧਾਗਾ ਕਰਾਉਣਾ, ਤੂਣਾ ਕਰਵਾਉਣਾ, ਧੂਮਾਂ ਪੈ ਜਾਣੀਆਂ, ਬਹੁਤ ਪ੍ਰਸਿੱਧੀ ਹੋਣੀ, ਵਾਹ ਵਾਹੀ ਬਟੋਰਨੀ, ਧੂ ਨਾ ਕੱਢਣਾ, ਕੋਈ ਭੇਤ ਅੱਗੇ ਨਾ ਦੱਸਣਾ, ਨੱਕ ਚੜਾਉਣਾ, ਪਸੰਦ ਨਾ ਕਰਨਾ, ਨੱਕ ਵਿੱਚ ਦਮ ਕਰਨਾ, ਬਹੁਤ ਤੰਗ ਕਰਨਾ, ਨੱਕੋ ਨੱਕ ਭਰਨਾ, ਪੂਰਾ ਭਰਨਾ ਉੱਪਰ ਤੱਕ, ਨਾਨੀ ਚੇਤੇ ਕਰਾਉਣਾ, ਕਿਸੇ ਨੂੰ ਬੁਰੀ ਤਰ੍ਹਾਂ ਮਾਰਨਾ ਕੁੱਟਣਾ, ਨੱਕ ਰੱਖਣਾ, ਇੱਜ਼ਤ ਰੱਖਣੀ, ਪਾਣੀ ਪਾਣੀ ਹੋਣਾ, ਬਹੁਤ ਸ਼ਰਮਿੰਦਾ ਹੋਣਾ, ਪੈਰ ਜ਼ਮੀਨ 'ਤੇ ਨਾ ਲੱਗਣਾ, ਕੋਈ ਬਹੁਤ ਜਦੋਂ ਖੁਸ਼ੀ ਦੀ ਗੱਲ ਹੋ ਜਾਂਦੀ ਹੈ ਉੱਥੇ ਆਪਾਂ ਇਹ ਮੁਹਾਵਰੇ ਦੀ ਵਰਤੋਂ ਕਰਦੇ ਹਾਂ, ਪੈਰ ਭਾਰੇ ਹੋਣਾ, ਗਰਭਵਤੀ ਹੋਣਾ, ਉਸ ਤੋਂ ਬਾਅਦ ਹੈ ਟਿੱਟ ਜਾਣਾ, ਹੰਕਾਰੇ ਜਾਣਾ,
ਫੁੱਲ ਕਿਰਨੇ, ਮਿੱਠੀਆਂ ਮਿੱਠੀਆਂ ਗੱਲਾਂ ਕਰਨੀਆਂ, ਫੁੱਟ ਫੁੱਟ ਕੇ ਰੋਣਾ, ਬਹੁਤ ਉੱਚੀ ਰੋਣਾ, ਬਹੁਤ ਰੋਣਾ, ਫੁੱਲੇ ਨਾ ਸਮਾਉਣਾ, ਖੁਸ਼ੀ ਦਾ ਟਿਕਾਣਾ ਨਾ ਰਹਿਣਾ, ਬਹੁਤ ਖੁਸ਼ੀ ਹੋਣਾ, ਬਰ ਮਿਚਣਾ, ਸੁਭਾਅ ਮਿਲਣਾ, ਬਰਾਬਰ ਹੋਣਾ ਇੰਪੋਰਟੈਂਟ, ਫੋਰ ਐਗਜ਼ਾਮ ਬੜਕਾ ਮਾਰਨੀਆਂ, ਲਲਕਾਰੇ ਮਾਰਨੇ, ਬੀੜਾ ਉਠਾਉਣਾ, ਅੱਗੇ ਹੋ ਕੇ ਚੱਲਣਾ, ਜ਼ਿੰਮੇਵਾਰੀ ਲੈਣੀ ਕਿਸੇ ਕੰਮ ਦੀ, ਮੋਢੀ ਬਣ ਕੇ ਕੰਮ ਕਰਨਾ, ਫਿਰ ਰਿਪੀਟ ਹੋ ਰਿਹਾ ਦੋ ਨੈਕਸਟ, ਬੇੜਾ ਗਰਕ ਹੋਣਾ, ਪੂਰੀ ਤਰ੍ਹਾਂ ਤਬਾਹ ਹੋਣਾ, ਬੇੜੀ ਵਿੱਚ ਵੱਟੇ ਪੈਣੇ, ਬਰਬਾਦੀ ਦਾ ਮੁੱਢ ਬੱਝ ਜਾਣਾ, ਬੋਲੀ ਮਾਰਨੀ, ਮਿਹਣੇ ਦੇਣਾ, ਭਾਨੀ ਮਾਰਨੀ, ਕਿਸੇ ਦਾ ਬਣਦਾ ਹੋਇਆ ਕੰਮ ਵਿਗਾੜਨਾ, ਉਹਦੇ 'ਚ ਰੁਕਾਵਟ ਪੈਦਾ ਕਰਨੀ, ਪਾਰਾਂ 'ਤੇ ਪੈਣਾ, ਨਖਰੇ ਕਰਨੇ, ਪਿਣਕ ਪੈਣੀ, ਸੂ ਲੱਗਣੀ, ਪੰਨੇ ਤਿੱਤਰ ਉਡਾਉਣੇ, ਕੋਈ ਅਸੰਭਵ ਕਾਰਜ ਕਰਨਾ, ਮਨ ਮਿਲਣਾ, ਪਿਆਰ ਹੋਣਾ, ਮਨ ਦੀਆਂ ਮਨ ਵਿੱਚ ਰਹਿਣੀਆਂ, ਰੀਝ ਪੂਰੀ ਨਾ ਹੋਣੀ, ਜਿਵੇਂ ਆਪਾਂ ਕਹਿ ਦਿੰਦੇ ਹਾਂ ਕੋਈ ਕੰਮ ਆਪਾਂ ਕਰਨਾ ਚਾਹੁੰਦੇ ਹਾਂ ਜਾਂ ਕੁਛ ਖਰੀਦਣਾ ਚਾਹੁੰਦੇ ਹਾਂ ਪਰ ਆਪਾਂ ਕਰ ਨਹੀਂ ਪਾਉਂਦੇ, ਖਰੀਦ ਨਹੀਂ ਪਾਉਂਦੇ, ਫਿਰ ਆਪਾਂ ਇਹ ਮੁਹਾਵਰਾ ਵਰਤਦੇ ਹਾਂ ਮਨ ਦੀਆਂ ਮਨ ਵਿੱਚ ਰਹਿ ਗਈਆਂ। ਮੱਥਾ ਰਗੜਨਾ, ਤਰਲੇ ਕਰਨੇ, ਮੱਥਾ ਠਣਕਣਾ, ਸ਼ੱਕ ਪੈਣਾ, ਮਾਤਾ ਦਾ ਮਾਲ ਹੋਣਾ, ਨਿਕੰਮਾ ਹੋਣਾ, ਮੁੱਛ ਦਾ ਵਾਲ ਹੋਣਾ, ਗੂੜਾ ਦੋਸਤ ਹੋਣਾ, ਮੂੰਹ ਮੋਟਾ ਕਰਨਾ, ਗੁੱਸੇ ਹੋ ਜਾਣਾ, ਰੰਗ ਉੱਡ ਜਾਣਾ, ਘਬਰਾ ਜਾਣਾ, ਡਰ ਜਾਣਾ, ਰਾਈ ਦਾ ਪਹਾੜ ਬਣਾਉਣਾ, ਇਹ ਕਾਫੀ ਇੰਪੋਰਟੈਂਟ ਹੈ। ਛੋਟੀ ਜਿਹੀ ਗੱਲ ਨੂੰ ਬਹੁਤ ਵੜਾ ਚੜਾ ਕੇ ਕਰਨੀ, ਗੱਲ ਵਧਾ ਕੇ ਕਰਨੀ, ਲਾਜ ਰੱਖਣੀ, ਇੱਜ਼ਤ ਰੱਖਣੀ, ਲਹੂ ਪਾਣੀ ਇੱਕ ਕਰਨਾ, ਬਹੁਤ ਮਿਹਨਤ ਕਰਨੀ, ਲਾਲ ਪੀਲਾ ਹੋਣਾ, ਬਹੁਤ ਗੁੱਸੇ ਵਿੱਚ ਆਉਣਾ, ਵਾਰਾਂ ਗਾਉਣੀਆਂ, ਬਹਾਦਰੀ ਦੇ ਗੀਤ ਗਾਉਣੇ, ਵਾਹ ਵਗ ਜਾਣੀ, ਨਵਾਂ ਰਿਵਾਜ਼ ਪੈਣਾ, ਰਿਵਾਜ਼ ਦੇ ਉਲਟ ਚਾਲਾ ਵਰਤਣਾ, ਇਹ ਵੀ ਬਹੁਤ ਵਾਰੀ ਪੇਪਰ 'ਚ ਆਉਂਦਾ, ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ। ਵਾਲ ਦੀ ਖੱਲ ਲਾਉਣੀ, ਬਰੀਕੀ ਵਿੱਚ ਜਾਣਾ, ਅੱਖਾਂ ਵਿੱਚ ਚਰਬੀ ਆਉਣਾ, ਹੰਕਾਰੇ ਜਾਣਾ, ਅਕਲ ਤੇ ਪਰਦਾ ਪੈਣਾ, ਅਕਲ ਮਾਰੀ ਜਾਣੀ, ਉਂਗਲ ਕਰਨਾ, ਦੋਸ਼ ਲਾਉਣੇ, ਉਬਾਲ ਉੱਠਣਾ, ਜੋਸ਼ ਆਉਣਾ, ਅੱਖਾਂ ਮੀਟ ਜਾਣੀਆਂ, ਮਰ ਜਾਣਾ, ਵਿਸ਼ ਘੋਲਣਾ, ਕੁੜਨਾ, ਅੰਦਰੋਂ ਅੰਦਰੀ ਕੋਈ ਜਦੋਂ ਮੱਚਦਾ ਰਹਿੰਦਾ, ਈਰਖਾ ਘੋਲਦਾ, ਕੁੜਦਾ, ਉਹਦੇ ਲਈ ਆਪਾਂ ਕਹਿੰਦੇ ਹਾਂ ਚਾਹ ਚੜ੍ਹਨਾ, ਖੁਸ਼ ਹੋਣਾ, ਬਾਲ ਬਾਲ ਬਚਣਾ, ਮੌਤ ਦੇ ਮੂੰਹੋਂ ਬਚਣਾ, ਹੱਥ ਪੈਰ ਮਾਰਨੇ, ਯਤਨ ਕਰਨੇ, ਅਸਮਾਨ ਦੀਆਂ ਗੱਲਾਂ ਕਰਨੀਆਂ, ਹੰਕਾਰੇ ਜਾਣਾ, ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਨੀਆਂ, ਫੜਾਂ ਮਾਰਨੀਆਂ, ਈਨ ਮੰਨਣਾ, ਹਾਰ ਮੰਨਣੀ, ਸਤਿਆ ਹੋਣਾ, ਦੁਖੀ ਹੋਣਾ, ਸਿਰ ਤੇ ਚੜ੍ਹਨਾ, ਬਹੁਤ ਵਿਗੜ ਜਾਣਾ, ਅੱਖਾਂ ਦਾ ਤਾਰਾ ਬਹੁਤ ਪਿਆਰਾ, ਸਿੱਕਾ ਜੰਮਣਾ, ਰੋਪ ਪੈ ਜਾਣਾ, ਸਾਖੀ ਭਰਨੀ, ਹਾਸੀ ਭਰਨੀ, ਇਹ ਵੀ ਰੀਸੈਂਟਲੀ ਇੱਕ ਪੇਪਰ 'ਚ ਆਇਆ ਸੀ, ਸਿਰ ਫੇਰਨਾ, ਨਾ ਕਰਨੀ, ਹੱਡ ਪੈਰ ਭੱਜਣੇ, ਬੁਖਾਰ ਹੋਣਾ, ਹੱਥ ਤੰਗ ਹੋਣਾ, ਪੈਸਿਆਂ ਦੀ ਕਮੀ ਹੋਣੀ, ਘਾਟ ਹੋਣੀ, ਅੱਖਾਂ ਦਿਖਾਉਣਾ, ਡਰਾਉਣਾ, ਧਮਕਾਉਣਾ, ਹੱਥ ਲਾਇਆ, ਮੈਲਾ ਹੋਣਾ, ਕੋਈ ਬਹੁਤ ਜਦੋਂ ਸੁੰਦਰ ਹੁੰਦਾ ਹੈ, ਹੱਥ ਵਟਾਉਣਾ, ਸਹਾਇਤਾ ਕਰਨੀ, ਮਦਦ ਕਰਨੀ, ਹੱਥ ਮਲਣਾ, ਪਛਤਾਉਣਾ, ਹੱਥ ਅੱਡਣਾ, ਮੰਗਣਾ, ਕੰਨ ਭਰਨਾ, ਚੁਗਲੀਆਂ ਕਰਨੀਆਂ, ਕੀਤਾ ਜਾਣਨਾ, ਅਹਿਸਾਨਮੰਦ ਹੋਣਾ, ਕਿਸੇ ਦੀ ਕੀਤੀ ਜਦੋਂ ਆਪਾਂ ਜਾਣਦੇ ਆਉਂਦੇ ਹਾਂ ਯਾਦ ਰੱਖਦੇ ਹਾਂ, ਬੇਸਿਕਲੀ ਉੱਥੇ ਵਰਤਿਆ ਜਾਂਦਾ ਹੈ ਅਹਿਸਾਨਮੰਦ ਹੋਣਾ, ਕੰਨ ਖਾਣਾ, ਬਹੁਤ ਰੌਲਾ ਪਾਉਣਾ, ਕਾਵਾਂ ਰੌਲੀ ਪਾਉਣਾ, ਬਹੁਤ ਰੌਲਾ ਪਾਉਣਾ, ਗਲ ਪੈਣਾ, ਝਗੜਾ ਕਰਨਾ, ਗਲੋਂ ਲਾਉਣਾ, ਪਿੱਛਾ ਛੁਡਾਉਣਾ, ਗੰਗਾ ਨਹਾਉਣਾ, ਫਰਜ਼ਾਂ ਤੋਂ ਮੁਕਤ ਹੋਣਾ, ਘਰ ਫੂਕ ਤਮਾਸ਼ਾ ਵੇਖਣਾ, ਕਿਸੇ ਦਾ ਨੁਕਸਾਨ ਕਰਕੇ ਖੁਸ਼ ਹੋਣਾ, ਜਾਂ ਜਦੋਂ ਬੇਸਿਕਲੀ ਆਪਾਂ ਆਪਣਾ ਖੁਦ ਦਾ ਨੁਕਸਾਨ ਕਰਦੇ ਹਾਂ ਉੱਥੇ ਜ਼ਿਆਦਾਤਰ ਵਰਤਿਆ ਜਾਂਦਾ ਹੈ, ਘਰ ਫੂਕਣਾ, ਆਪਣਾ ਖੁਦ ਦਾ ਨੁਕਸਾਨ ਕਰਕੇ ਤੁਸੀਂ ਖੁਦ ਹੀ ਖੁਸ਼ ਹੋ ਰਹੇ ਹੋ, ਸਿਰੋਂ ਫੜਨਾ, ਉੱਪਰੋਂ ਫੜਨਾ, ਚੰਨ ਚਾੜਨਾ, ਮਾਤਾ ਕੰਮ ਕਰਨਾ, ਜੁੱਤੀਆਂ ਘਸ ਜਾਣੀਆਂ, ਬਹੁਤ ਗੇੜੇ ਮਾਰਨੇ, ਬਾਰ ਬਾਰ ਜਿਵੇਂ ਆਪਾਂ ਕਹਿੰਦੇ ਹਾਂ ਸਰਕਾਰੀ ਦਫ਼ਤਰਾਂ 'ਚ ਕੰਮ ਕਰਵਾਉਣ ਦੇ ਲਈ ਜੁੱਤੀਆਂ ਘਸ ਜਾਂਦੀਆਂ ਨੇ, ਬਾਰ ਬਾਰ ਗੇੜੇ ਮਾਰਨੇ ਪੈਂਦੇ ਨੇ, ਟੁੱਟ ਕੇ ਪੈਣਾ, ਗੁੱਸੇ ਨਾਲ ਬੋਲਣਾ, ਟੱਕਰਾ ਭਾਰਨਾ, ਮਾਰਨਾ, ਭਟਕਦੇ ਫਿਰਨਾ, ਠੰਡੀਆਂ ਛਾਵਾਂ ਮਾਨਣਾ, ਸੁੱਖ ਪਾਉਣਾ, ਢਿੱਡ ਵਿੱਚ ਰੱਖਣਾ, ਭੇਤ ਰੱਖਣਾ, ਤੱਤੀ ਵਾਹ ਨਾ ਲੱਗਣੀ, ਕੋਈ ਨੁਕਸਾਨ ਨਾ ਹੋਣਾ, ਥਾਪੀ ਦੇਣੀ, ਸ਼ਾਬਾਸ਼ੀ ਦੇਣੀ, ਧੱਕਾ ਕਰਨਾ, ਕਿਸੇ ਨਾਲ ਵਧੀਕੀ ਕਰ ਰਹੇ ਹੋ, ਧੱਕੇ ਪੈਣੇ, ਠੋਕਰਾਂ ਖਾਣੀਆਂ, ਖੁਆਰ ਖਾਣਾ,
ਖੁਆਰ ਹੋਣਾ, 9 ਤੋਂ 11 ਹੋਣਾ, ਭੱਜ ਜਾਣਾ, ਤਿੱਤਰ ਹੋਣਾ, ਨੱਕ ਤੇ ਮੱਖੀ ਨਾ ਬਹਿਣ ਦੇਣਾ, ਇੰਨੀ ਜ਼ਿਆਦਾ ਜਦੋਂ ਕੋਈ ਆਕੜ ਰੱਖੇ ਉਹਦੇ ਲਈ ਕਿਹਾ ਜਾਂਦਾ ਹੈ, ਵਧੇਰੇ ਆਕੜ ਰੱਖਣ ਵਾਲੇ ਲਈ ਨੱਕ ਤੇ ਮੱਖੀ ਨਾ ਬਹਿਣ ਦੇਣਾ, ਪੈਰਾਂ ਤੋਂ ਪਾਣੀ ਨਾ ਪੈਣ ਦੇਣਾ, ਆਪਣੀ ਗਲਤੀ ਨਹੀਂ ਮੰਨਣੀ, ਕਸੂਰ ਨਹੀਂ ਮੰਨਣਾ, ਪਿੱਛਾ ਛੁਡਾਉਣਾ, ਖਿਹੜਾ ਛੁਡਾਉਣਾ, ਬਾਂਹ ਫੜਨੀ, ਆਸਰਾ ਦੇਣਾ, ਕਿਸੇ ਦਾ ਸਹਾਰਾ ਬਣਨਾ, ਭੰਗ ਪੁੱਜਣਾ, ਗਰੀਬੀ ਆ ਜਾਣੀ, ਮਿੱਠੀ ਛੁਰੀ ਬਾਹਰੋਂ ਹੋਰ ਤੇ ਅੰਦਰੋਂ। ਜਦੋਂ ਕੋਈ ਬਾਹਰੋਂ ਤਾਂ ਤੁਹਾਡੇ ਨਾਲ ਗੱਲ ਕਰਕੇ ਐਵੇਂ ਲੱਗੇ ਕਿ ਬਹੁਤ ਮਿੱਠਾ ਹੈ, ਬਹੁਤ ਵਧੀਆ ਹੈ, ਪਰ ਅੰਦਰੋਂ ਤੁਹਾਡੇ ਲਈ ਦਿਲ 'ਚ ਖਾਰ ਰੱਖੇ, ਤੁਹਾਡੀ ਕਿਸੇ ਕੋਲ ਜਾ ਕੇ ਚੁਗਲੀ ਕਰੇ, ਨਿੰਦਾ ਕਰੇ, ਬੁਰਾ ਭਲਾ ਕਹੇ, ਸੋ ਉੱਥੇ ਕਿਹਾ ਜਾਂਦਾ ਕਿ ਉਹ ਬੰਦਾ ਤਾਂ ਮਿੱਠੀ ਛੁਰੀ ਹੈ, ਬਾਹਰੋਂ ਹੋਰ ਤੇ ਅੰਦਰੋਂ ਹੋਰ। ਮਿਰਚਾਂ ਲੱਗਣੀਆਂ, ਬੁਰਾ ਲੱਗਣਾ, ਮੂੰਹ ਸੁਝਾਉਣਾ, ਨਾਰਾਜ਼ਗੀ ਪ੍ਰਗਟ ਕਰਨੀ, ਮੁੱਛ ਫੁੱਟਣੀ, ਜਵਾਨ ਹੋ ਜਾਣਾ, ਮੱਥਾ ਮਾਰਨਾ, ਸਮਝਾਉਣਾ, ਮੁੱਠੀ ਗਰਮ ਕਰਨੀ, ਰਿਸ਼ਵਤ ਦੇਣੀ, ਰਗ ਰਗ ਤੋਂ ਵਾਕਫ ਹੋਣਾ, ਚੰਗੀ ਤਰ੍ਹਾਂ ਜਾਣਨਾ, ਰੇਖ ਵਿੱਚ ਮੇਕ ਮਾਰਨੀ, ਕਿਸਮਤ ਚੰਗੀ ਬਣਾ ਦੇਣੀ, ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਫੋਰ ਐਗਜ਼ਾਮ, ਲੱਕ ਬੰਨਣਾ, ਤਿਆਰੀ ਕਰਨੀ, ਲਕੀਰ ਦਾ ਫਕੀਰ ਹੋਣਾ, ਪੁਰਾਣੀਆਂ ਰਸਮਾਂ ਤੇ ਚੱਲਣਾ, ਲੱਕ ਟੁੱਟਣਾ, ਮੁਸੀਬਤ ਆਉਣੀ, ਲੋਈ ਲਾਉਣੀ, ਬੇਸ਼ਰਮ ਹੋਣਾ, ਸਾਹ ਸੁੱਕ ਜਾਣਾ, ਘਬਰਾ ਜਾਣਾ, ਡਰ ਜਾਣਾ। ਸੋ ਇਹ ਸੀ ਇੰਪੋਰਟੈਂਟ ਮੁਹਾਵਰੇ। ਆਈ ਹੋਪ ਯੂ ਲਾਈਕ ਦਾ ਕੰਟੈਂਟ, ਕੀਪ ਸਪੋਰਟਿੰਗ ਵਿਕਟਰਸ ਨੌਲੇਜ, ਥੈਂਕ ਯੂ ਐਂਡ ਗੁੱਡ ਲੱਕ।